hazırı. ਜੱਜ ਦਾ ਵਿਚਾਰ ਪ੍ਰੋਗਰਾਮ ਜੱਜ ਦਾ ਵਿਚਾਰ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਸੱਜਣ ਸੁਹੇਲੜਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਟਹਿਣਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਵੀ ਜੀ, ਮੈਂ ਹਾਂ ਹਰਮਨ ਥਿੰਦ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਜੱਜ ਦਾ ਵਿਚਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਹਰਮਨ ਜੀ, ਗੱਲਬਾਤ ਦਾ ਸਿਲਸਿਲਾ ਨਾ ਜਿਹੜਾ, ਹਾਂਜੀ, ਉਹ ਮੈਂ ਸੋਚਦਾ ਕਿ ਅੱਜ ਆਪਾਂ ਪੰਜਾਬੀ ਗੀਤ ਸੰਗੀਤ, ਪੰਜਾਬੀ ਸੱਭਿਆਚਾਰ, ਮਾਂ ਬੋਲੀ ਦੀ ਮਹੱਤਤਾ ਇਸ ਵਿਸ਼ੇ ਦੇ ਨਾਲ ਜੋੜੀਏ। ਬਿਲਕੁਲ, ਆਪਾਂ ਅੱਗੇ ਵੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਸ ਵਿਸ਼ੇ ਦੇ ਉੱਪਰ ਜਿੰਨੀ ਜ਼ਿਆਦਾ ਹੋ ਸਕੇ ਉਨੀ ਜ਼ਿਆਦਾ ਚਰਚਾ ਕਰੀਏ। ਸੋ ਅੱਜ ਇੱਕ ਵਾਰ ਫਿਰ ਤੋਂ ਤੁਸੀਂ, ਮੈਂ ਚਾਹੁੰਦੀ ਪਹਿਲਾਂ ਕੋਈ ਚੱਜ ਦਾ ਵਿਚਾਰ ਇਹਦੇ ਨਾਲ ਰਿਲੇਟਡ ਦਿਓ। ਦੇਖੋ, ਚੱਜ ਦਾ ਵਿਚਾਰ ਜਿਵੇਂ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਚੱਜ ਦੀ ਗੱਲ ਹੋਵੇ ਤੇ ਚੱਜ ਦੇ ਤਰੀਕੇ ਨਾਲ ਸੁਣਾਈ ਜਾਵੇ, ਚੱਜ ਦੇ ਸੱਜਣਾ ਨੂੰ ਸੁਣਾਈ ਜਾਵੇ, ਤੇ ਉਹੀ ਚੱਜ ਦਾ ਵਿਚਾਰ। ਬਿਲਕੁਲ। ਤੇ ਮੇਰੇ ਨਾ ਅੱਜ ਮਨ ਦੇ ਵਿੱਚ ਹੁਣ ਇਹ ਗੱਲਾਂ ਕੁਛ ਉਮੜ ਰਹੀਆਂ, ਮੈਂ ਕੋਈ ਚੇਤੇ ਨਹੀਂ ਕਰਕੇ ਆਇਆ, ਰੱਟਾ ਨਹੀਂ ਮਾਰਿਆ ਜਿਵੇਂ ਲੋਕ ਮਾਰਨਿੰਗ ਵਾਕ ਦੇ ਲੇਖ ਨੂੰ ਮਾਰਦੇ ਹੁੰਦੇ ਆ ਨਿੱਕੇ ਹੁੰਦੇ। ਮੈਨੂੰ ਹੁਣ ਗੱਲਾਂ ਇਹ ਸੁਝਦੀਆਂ ਕਿ ਗਾਇਕ ਦੇ ਗੀਤ ਸੁਣ ਕੇ ਤੇ ਲੇਖਕ ਦੀਆਂ ਲਿਖਤਾਂ ਪੜ੍ਹ ਕੇ ਉਹਦੇ ਵਿਅਕਤੀਤਵ ਦਾ ਪਤਾ ਲੱਗ ਜਾਂਦਾ। ਬਿਲਕੁਲ ਸਹੀ। ਉਹਦਾ ਕਿਰਦਾਰ, ਉਹਦਾ ਚਰਿੱਤਰ, ਉਹਦੀ ਸੋਚ, ਉਹਦੀ ਦੂਰਦਰਸ਼ਤਾ ਕਿੱਥੇ ਜਿਖੜੀ ਹੈ। ਅੱਜ ਕੱਲ੍ਹ ਤਾਂ ਕੁਝ ਜ਼ਿਆਦਾ ਪਤਾ ਲੱਗ ਜਾਂਦਾ। ਹਾਂ ਬਿਲਕੁਲ, ਅੱਜ ਕੱਲ੍ਹ ਤਾਂ ਪਤਾ ਲੱਗ ਜਾਂਦਾ ਕਿਉਂਕਿ ਨਾ ਭੜਕੀਲਾ ਨਾਥ ਦਾ ਯੁੱਗ ਅੱਜ ਕੱਲ੍ਹ, ਤੁਸੀਂ ਕੁਛ ਨਾ ਕੁਛ ਅਲੱਗ ਕਰਨ ਦੇ ਚੱਕਰ ਦੇ ਵਿੱਚ, ਅੱਡਰਾ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹਾ ਕੋਈ ਪੁਆੜੇ ਨੁਮਾ ਕੰਮ ਕਰਦੇ ਹੋ ਤੇ ਲੋਕ ਇਹ ਸੋਚਣ ਲੱਗ ਪਏ ਵੀ ਚਲੋ ਗਾਲਾਂ ਪੈਂਦੀਆਂ ਤਾਂ ਕੀ ਹੋਇਆ। ਮੈਂ ਨਿੱਕਾ ਹੁੰਦਾ ਸੋਚਦਾ ਹੁੰਦਾ ਸੀਗਾ, ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ ਬਈ ਮਾਪਿਆਂ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ। ਬਿਲਕੁਲ, ਉਹਦੀ ਮਹੱਤਤਾ ਹੋਰ ਸੀ ਉਸ ਗੱਲ ਦੀ, ਪਰ ਜਿਹੜੀਆਂ ਹੁਣ ਗਾਲਾਂ ਪੈਂਦੀਆਂ ਨਾ ਉਹ ਮੀਟਰ ਮੀਟਰ ਦੀਆਂ ਹੁੰਦੀਆਂ ਨਹੀਂ, ਪਰ ਉਹਨਾਂ ਦੀ ਮਹੱਤਤਾ ਵੀ ਕੁਛ ਹੋਰ ਹੈ। ਉਹਨਾਂ ਦੀ ਮਹੱਤਤਾ ਨਾ ਜਿਹੜੀ, ਉਹ ਮੈਨੂੰ ਲੱਗਦਾ ਵੀ ਜਿਵੇਂ ਗਾਰੇ 'ਚ ਬੰਦਾ ਤਿਲਕ ਜਾਂਦਾ, ਤੁਸੀਂ ਮੰਨਣਾ ਜਾਂ ਨਾ ਮੰਨਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ, ਪਰ ਜਿਹੜੀਆਂ ਇਹ ਗਾਲਾਂ ਨਾ, ਇਹ ਗਾਲਾਂ ਮਾਪਿਆਂ ਦੇ ਕੋਲੋਂ, ਵੱਡਿਆਂ ਦੇ ਕੋਲੋਂ, ਉਲਾਂਭਿਆਂ ਦੇ ਰੂਪ ਦੇ ਵਿੱਚ, ਉਹ ਵੱਖਰੀ ਗੱਲ ਹੁੰਦੀ ਹੈ। ਪਰ ਲੋਕ ਜਦੋਂ ਤੁਹਾਡੇ ਕੰਮ ਨੂੰ ਸਤਿਕਾਰ, ਪਿਆਰ, ਮੁਹੱਬਤ ਦੇਣ ਦੀ ਥਾਂ ਦੇ ਉੱਤੇ ਉਹ ਹੋਰ ਹੀ ਤਰੀਕੇ ਨਾਲ ਸਨਮਾਨਿਤ ਕਰਨ, ਜਿਹਨੂੰ ਅਸੀਂ ਪੁੱਠੇ ਸਿੱਧੇ ਕੰਮਾਂ 'ਚ ਕਰਦੇ ਹਾਂ, ਉਹਦੀ ਗੱਲ ਹੋਰ ਹੁੰਦੀ ਆ, ਉਹ ਨਹੀਂ ਚਾਹੀਦੀਆਂ। ਬਿਲਕੁਲ ਸਹੀ। ਪਰ ਮੈਨੂੰ ਲੱਗਦਾ ਹੁੰਦਾ ਵੀ ਅੱਜ ਕੱਲ੍ਹ ਜਿਹੜੇ ਲੋਕ ਨੇ ਨਾ, ਮੈਂ ਸਾਰਿਆਂ ਨੂੰ ਕਹਿੰਦੀ ਕਿ ਉਹ ਇਸ ਚੀਜ਼ 'ਚ ਸ਼ਾਇਦ ਜ਼ਿਆਦਾ ਬਿਲੀਵ ਕਰਨ ਲੱਗ ਗਏ, ਜ਼ਿਆਦਾ ਵਿਸ਼ਵਾਸ ਕਰਦੇ ਨੇ ਕਿ ਬੇਇੱਜ਼ਤੀ ਅਤੇ ਠੰਡ ਜਿੰਨੀ ਜ਼ਿਆਦਾ ਮਹਿਸੂਸ ਕਰੋ ਉਨੀ ਜ਼ਿਆਦਾ ਲੱਗਦੀ ਹੈ। ਸੋ ਇਸ ਲਈ ਉਹ ਸ਼ਾਇਦ ਗਾਲਾਂ ਨੂੰ, ਬੇਇੱਜ਼ਤੀ ਨੂੰ ਉਨਾ ਫੀਲ ਨਹੀਂ ਕਰਦੇ। ਪਰ ਭਾਈ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੀਆਂ ਗਾਲਾਂ ਨਾ, ਹਾਂਜੀ, ਇਹ ਗਾਲਾਂ ਦੇਖੋ ਇੱਕ ਹੁੰਦੀਆਂ ਸਿੱਠਣੀਆਂ, ਹਾਂਜੀ, ਸਿੱਠਣੀਆਂ ਦੇ ਵਿੱਚ ਉਲਾਂਭੇ ਹੁੰਦੇ ਆ, ਤੁਹਾਨੂੰ ਅੰਦਰੋਂ ਝੰਜੋੜਦੀਆਂ ਉਹ ਗੱਲਾਂ, ਪਰ ਜਿਹੜੀਆਂ ਗਾਲਾਂ ਉਹ ਸਿੱਧੀਆਂ ਸਪਸ਼ਟ ਹੁੰਦੀਆਂ, ਉਹ ਨਹੀਂ ਚਾਹੀਦੀਆਂ। ਪਰ ਅੱਜ ਨਾ ਮੈਂ ਸੋਚਦਾ ਕਿ ਅਸੀਂ ਖਬਰਾਂ ਦੀ ਗੱਲ ਹਮੇਸ਼ਾ ਕਰਦੇ ਹਾਂ, ਅਸੀਂ ਟਿੱਪਣੀਆਂ ਵੀ ਕਰਦੇ ਹਾਂ, ਦਰਸ਼ਕ ਨੂੰ ਮੁਹੱਬਤ ਵੀ ਦਿੰਦੇ ਉਸ ਹਰ ਗੱਲ ਨੂੰ, ਪਰ ਮੈਂ ਸੋਚਦਾ ਕਿ ਅੱਜ ਅਸੀਂ ਕਿਸੇ ਫਨਕਾਰ ਦੇ ਨਾਲ ਸਾਂਝ ਪਾਈਏ, ਉਹ ਫਨਕਾਰ ਜਿਹਨੇ ਪੰਜਾਬੀ ਗਾਇਕੀ ਦੇ ਜ਼ਰੀਏ, ਜਿਹਨੇ ਆਪਣੀ ਸੋਚ ਦੇ ਜ਼ਰੀਏ, ਆਪਣੇ ਸੁਰੀਲੇਪਣ ਦੇ ਜ਼ਰੀਏ ਦੁਨੀਆ ਭਰ ਦੇ ਵਿੱਚ ਇਹ ਦੱਸਿਆ ਕਿ ਪੰਜਾਬੀ ਗਾਇਕੀ ਆਹ ਵੀ ਹੁੰਦੀ ਹੈ। ਬਿਲਕੁਲ ਸਹੀ। ਸੋ ਕੌਣ ਨੇ ਉਹ ਫਨਕਾਰ, ਇਹ ਜ਼ਰੂਰ ਅਸੀਂ ਤੁਹਾਨੂੰ ਦੱਸਾਂਗੇ, ਪਰ ਉਸ ਤੋਂ ਪਹਿਲਾਂ ਹੀ ਗਾਣਾ ਸੁਣ ਲਈਏ। ਹਰਮਨ ਜੀ, ਆਪਾਂ ਗੱਲ ਕਰਦੇ ਸੀ ਫਨਕਾਰ ਦੇ ਨਾਲ ਸਾਂਝ ਪਾਉਣ ਵਾਲੀ। ਬਿਲਕੁਲ। ਤੇ ਮੈਂ ਨਾਂ ਦਾ ਖੁਲਾਸਾ ਕਰਦੇ ਹਾਂ ਫਿਰ ਚਾਹੀਦਾ। ਸਾਡੇ ਨਾਲ ਦੋਸਤੋ ਅੱਜ ਵਿਸ਼ਵ ਪ੍ਰਸਿੱਧ ਗਾਇਕ ਨੇ, ਸੁਰੀਲੇਪਣ ਦਾ ਸਿਖਰ ਨੇ। ਮੈਨੂੰ ਕਦੇ ਕਦੇ ਇਹ ਲੱਗਦਾ ਵੀ ਜੇਕਰ ਅਸੀਂ ਉਂਗਲਾਂ ਦੇ ਪੋਟਿਆਂ ਦੇ ਉੱਤੇ ਚੰਗੇ ਸੁਰੀਲੇ ਤੇ ਸਵੱਛ ਗੀਤਾਂ ਦੇ ਗਾਇਕਾਂ ਦਾ ਜ਼ਿਕਰ ਛੇੜਨਾ ਹੋਵੇ ਤਾਂ ਕੰਠ ਕਲੇਰ ਦਾ ਜ਼ਿਕਰ ਸਾਡੇ ਜ਼ਿਹਨ ਦੇ ਵਿੱਚ ਜ਼ਰੂਰ ਆਪਣੇ ਆਪ ਆ ਜਾਂਦਾ। ਤੇ ਸਾਡੇ ਨਾਲ ਅੱਜ ਗਾਇਕ ਕੰਠ ਕਲੇਰ ਨੇ। ਕਲੇਰ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਅਸੀਂ ਤੁਹਾਡਾ ਬਹੁਤ ਵੈਲਕਮ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ। ਬਾਕੀ ਅੱਜ ਤੁਸੀਂ ਆਏ ਹੋ ਤੇ ਸਾਡੇ ਪ੍ਰੋਗਰਾਮ ਨੂੰ 4, 5, 6 ਪਤਾ ਨਹੀਂ ਕਿੰਨੇ ਚੰਨ ਲੱਗ ਚੁੱਕੇ। ਸਹੀ ਗੱਲ ਹੈ। ਅੱਛਾ, ਚਲੋ 4, 5, 6 ਤਾਂ ਲੱਗ ਗਿਆ, ਪਰ ਇੱਕ ਤਾਂ ਚੰਨ ਪਹਿਲਾਂ ਚੜਿਆ ਹੋਇਆ। ਥੈਂਕ ਯੂ ਸੋ ਮਚ। ਇਹ ਤੁਹਾਡਾ ਵਡੱਪਣ ਹੈ। ਬਿਲਕੁਲ, ਅਸੀਂ ਤੁਹਾਡੇ ਧੰਨਵਾਦੀ ਹਾਂ ਤੇ ਕਲੀਅਰ ਜੀ ਤੁਸੀਂ ਵਕਤ ਕੱਢਿਆ। ਚਲੋ ਆਪਾਂ ਨਾ ਰਸਮੀ ਗੱਲਾਂ ਬਾਤਾਂ ਦੇ ਚੱਕਰ 'ਚ ਨਹੀਂ ਪੈਂਦੇ। ਤੁਸੀਂ ਸਾਡੇ ਆਪਣੇ ਹੋ, ਸੁਣਨ ਵਾਲਿਆਂ ਦੇ ਆਪਣੇ ਹੋ ਤੇ ਤੁਸੀਂ ਉਹਨਾਂ ਨੂੰ ਆਪਣੇ ਸਮਝਦੇ ਹੋ। ਜੀ ਬਿਲਕੁਲ ਬਿਲਕੁਲ। ਹਰਵਿੰਦਰ ਕੁਮਾਰ ਮਾਪਿਆਂ ਨੇ ਨਾਂ ਰੱਖਿਆ, ਫਿਰ ਬਣ ਗਿਆ ਕਲੀਅਰ ਕੰਠ। ਕਲੀਅਰ ਕੰਠ, ਕੁਛ ਕੁ ਵਰਿਆਂ ਬਾਅਦ ਬਣ ਗਿਆ ਕੰਠ ਕਲੀਅਰ। ਹਾਂ, ਇਹ ਮਾਜਰਾ ਕੀ ਆ ਜਿਹੜੇ ਤਿੰਨ ਨਾਂ ਬਦਲੇ? ਮਾਂ ਮੇਰੀ ਨੇ ਨਾਂ ਰੱਖਿਆ ਸੀ ਮੇਰਾ ਬਿੰਦਰ। ਅੱਛਾ, ਉਹਨੂੰ ਤਾਂ ਹਰਵਿੰਦਰ ਦਾ ਵੀ ਨਹੀਂ ਪਤਾ। ਅੱਛਾ, ਮਾਂ ਮੇਰੀ ਅੱਜ ਵੀ ਮੈਨੂੰ ਪਿਆਰ ਨਾਲ ਬਿੰਦਰ ਹੀ ਕਹਿੰਦੀ ਹੈ, ਬਿੰਦਰ ਰੋਟੀ ਖਾ ਲਈ ਤੂੰ, ਟਾਈਮ ਨਾਲ ਬੇਟਾ ਸੌ ਜਾਈ। ਅੱਛਾ, ਟਾਈਮ ਨਾਲ ਉੱਠ ਜਾਈ, ਹੈ ਨਾ। ਅੱਜ ਵੀ ਮਾਂ ਬਿੰਦਰ ਹੀ ਕਹਿੰਦੀ, ਮੈਨੂੰ ਕਲੀਅਰ ਚੌਣ ਵਾਲੇ ਜਾਂ ਕੰਠ ਕਲੀਅਰ ਕਹਿੰਦੇ ਨੇ, ਲੇਕਿਨ ਮਾਂ ਲਈ ਮੈਂ ਬਿੰਦਰ ਹੀ ਹਾਂ ਤੇ ਬਿੰਦਰ ਹੀ ਹਮੇਸ਼ਾ ਰਹਿਣਾ। ਬਿਲਕੁਲ ਸਹੀ। ਕਾਲਜ ਆਇਆ ਤਾਂ ਜਿਹੜਾ ਸਕੂਲ ਕਾਲਜ ਦਾ ਨਾਮ ਹੁੰਦਾ ਤਾਂ ਹਰਵਿੰਦਰ ਕਲੀਅਰ, ਤਾਂ ਜਦੋਂ ਮੈਂ ਕਾਲਜ 'ਚ ਗਾਇਆ ਟੈਲੈਂਟ ਫੰਕਸ਼ਨ ਦੇ ਵਿੱਚ ਗਾਇਆ ਤੇ ਪਤਾ ਲੱਗਾ ਵੀ ਯਾਰ ਫਸਟ ਕੌਣ ਆਇਆ ਮੁੰਡਾ, ਕਹਿੰਦੇ ਜੀ ਕੋਈ ਹਰਵਿੰਦਰ ਕਲੀਅਰ ਸੀ।
ਅੱਛਾ ਉਹ ਸਾਰਿਆਂ ਨੇ ਹਰਵਿੰਦਰ ਨੂੰ ਕੱਟਦਾ ਅੱਛਾ ਕਲੀਅਰ ਸੀ ਕਲੀਅਰ ਸੀ ਉਹ ਕਲੀਅਰ ਕਰਕੇ ਸਾਰੇ ਕਾਲਜ ਦੇ ਵਿੱਚ ਕੁੜੀਆਂ ਮੁੰਡਿਆਂ 'ਚ ਖਾਸ ਕਰਕੇ ਕੁੜੀਆਂ 'ਚ ਹਾਂਜੀ ਕਲੀਅਰ 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 ਜਿਹੜੇ ਤੁਹਾਡੇ ਗਾਣੇ ਆ ਨਾ ਇਹ ਹੈਗੇ ਟੁੱਟੇ ਦਿਲਾਂ ਨੂੰ ਧੂਪ ਪਾਉਣ ਵਾਲੇ ਸੋ ਉਸ ਤੋਂ ਬਾਅਦ ਫਿਰ ਜਦੋਂ ਮੈਂ ਮਤਲਬ ਬੀ ਏ ਕੰਪਲੀਟ ਹੋਈ ਦਾ ਕੰਮ ਕਰਦੇ ਰਹੇ ਚਲੋ ਕਾਲਜ ਦੇ ਵਿੱਚ ਇੰਟਰ ਕਾਲਜ ਕੰਪੀਟੀਸ਼ਨ ਲੜਦੇ ਰਹੇ ਯੂਨੀਵਰਸਿਟੀ ਵਿੱਚ ਜਾਂਦੇ ਰਹੇ ਕੰਪੀਟੀਸ਼ਨ ਲੜਨ ਇੰਟਰ ਕਾਲਜ ਸਾਰੇ ਪੂਰਾ ਦੇਸ਼ ਹੀ ਘੁੰਮਿਆ ਮੈਂ ਸਾਰਾ ਹੈ ਨਾ ਅਤੇ ਉਸ ਤੋਂ ਬਾਅਦ ਹੁੰਦਾ ਕਿ ਮੈਂ ਤਾਂ ਹੁਣ ਕਰਨਾ ਕੀ ਹੈ ਕੰਮ ਕਰ ਕੀ ਕਰੀਏ ਨਾ ਪੜ੍ਹਾਈ ਤਾਂ ਹੋ ਗਈ ਫਿਰ ਮਦਨ ਜਲੰਧਰੀ ਸਾਹਿਬ ਨੇ ਮੈਨੂੰ ਪਹਿਲੀ ਵਾਰੀ ਰਿਕਾਰਡ ਕੀਤਾ ਮੇਰੀ ਪਹਿਲੀ ਐਲਬਮ ਆਈ ਤੇ ਉਹਨਾਂ ਨੂੰ ਲੱਗਦਾ ਹੁੰਦਾ ਸੀ ਹੁਣ ਕਲੀਅਰ ਤਾਂ ਨਾਂ ਤੇਰਾ ਠੀਕ ਆ ਲੇਕਿਨ ਆਰਟਿਸਟਿਕ ਜਿਹਾ ਨਹੀਂ ਲੱਗਦਾ ਹੈ ਨਾ ਹਾਂ ਬਈ ਇਹਨੂੰ ਥੋੜ੍ਹਾ ਜਿਹਾ ਆਪਾਂ ਬਦਲ ਦਈਏ ਫਿਰ ਉਹਨਾਂ ਨੇ ਕਲੀਅਰ ਕੰਠ ਕਰਤਾ ਮੇਰਾ ਕਰਨ ਕੰਠ ਬੜਾ ਅੱਛਾ ਹੈ ਫਿਰ ਕਲੀਅਰ ਕੰਠ ਨਾਲ ਹੀ ਮੇਰੀਆਂ ਇੱਕ ਦੋ ਐਲਬਮ ਆਈਆਂ ਉਹ ਸਾਰੀਆਂ ਹਿੱਟ ਹੋ ਗਈਆਂ ਲੋਕਾਂ ਨੇ ਕਬੂਲਿਆ ਵੀ ਮੈਂ ਨਾ ਜਾਂਦਾ ਹੁੰਦਾ ਸੀ ਮਰਾਸ਼ਾ ਜੀ ਦੀ ਜਗ੍ਹਾ 'ਤੇ ਨਕੋਦਰ ਸਾਡੇ ਬਹੁਤ ਮਾਨਤਾ ਵਾਲੀ ਜਗ੍ਹਾ ਅਤੇ ਉੱਥੇ ਸਾਈਂ ਜੀ ਲਾਡੀ ਸ਼ਾਹ ਜੀ ਸੀਗੇ ਉਹ ਮੈਨੂੰ ਹਮੇਸ਼ਾ ਕੰਠ ਕਲੀਅਰ ਹੀ ਕਹਿੰਦੇ ਹੁੰਦੇ ਸੀ ਅਤੇ ਮੈਨੂੰ ਇੱਕ ਵਾਰੀ ਉਹਨਾਂ ਨੇ ਕਹਿ ਦਿੱਤਾ ਵੀ ਤੇਰਾ ਨਾਮ ਗਲਤ ਹੈ ਅਤੇ ਮੈਂ ਹੱਥ ਜੋੜ ਕੇ ਮੈਂ ਕਿਹਾ ਸਾਈਂ ਜੀ ਮੈਂ ਤਾਂ ਸਾਰਾ ਹੀ ਗਲਤ ਹੈ ਤੁਸੀਂ ਸਹੀ ਕਰੋ ਹੁਣ ਨਾ ਫਿਰ ਉਹ ਕਹਿੰਦੇ ਵੀ ਤੇਰੀ ਜਿਹੜੀ ਆਵਾਜ਼ ਹੈ ਨਾ ਉਹ ਕੰਠ ਉਹਦੇ ਕਰਕੇ ਤੇਰੀ ਪਹਿਚਾਣ ਆ ਤੂੰ ਉਹਨੂੰ ਪਿੱਛੇ ਕੀਤਾ ਕਲੀਅਰ ਤੇਰਾ ਗੋਤ ਆ ਹੈ ਨਾ ਸਭ ਕਾਸਟ ਹੈ ਜਿਵੇਂ ਤੂੰ ਉਹਨੂੰ ਉਹਨੂੰ ਅੱਗੇ ਕੀਤਾ ਅਤੇ ਤੂੰ ਅੱਗੇ ਨਹੀਂ ਜਾਣਾ ਮੈਂ ਕਿਹਾ ਸਾਈਂ ਜੀ ਜੇ ਤੁਸੀਂ ਕਹੋਗੇ ਤਾਂ ਅੱਗੇ ਤਾਂ ਜਾਣਾ ਜੀ ਫਿਰ ਕਹਿੰਦੇ ਕੰਠ ਨੂੰ ਅੱਗੇ ਕਰ ਸੋ ਫਿਰ ਮੈਂ ਕੰਠ ਨੂੰ ਅੱਗੇ ਕਰ ਲਿਆ ਤੇ ਕੰਠ ਕਲੀਅਰ ਬਣ ਗਏ ਕੰਠ ਕਲੀਅਰ ਤੇ ਹੁਣ ਤੱਕ ਲਗਾਤਾਰ ਤਾਂ ਬਰਕਰਾਰ ਹਾਂ ਜੀ ਬਿਲਕੁਲ ਬਰਕਰਾਰ ਗੁਰਤੀ ਦੇ ਵਿੱਚ ਵੀ ਗਾਇਕੀ ਮਿਲੀ ਜਾਂ ਫਿਰ ਸ਼ੌਕ ਆ ਜਿਹੜਾ ਇਹ ਆਪ ਮੁਹਾਰੇ ਉਮੜਿਆ ਨਹੀਂ ਬਸ ਮੈਂ ਜਿੱਦਾਂ ਸਕੂਲ ਟਾਈਮ 'ਚ ਬਾਲ ਸਭਾ 'ਚ ਕਿਤੇ ਗਾ ਲਿਆ ਉੱਥੇ ਫਿਰ ਉਦੋਂ ਬਾਅਦ ਕਾਲਜ ਗਾਇਆ ਉੱਦਾਂ ਘਰ 'ਚ ਸਾਡੇ ਕੋਈ ਗਾਇਆ ਨਹੀਂ ਕੋਈ ਗਾਉਂਦਾ ਨਹੀਂ ਸੀਗਾ ਸਿਰਫ ਮੇਰੇ ਡੈਡ ਨੂੰ ਜਾਂ ਮੇਰੇ ਚਾਚਿਆਂ ਨੂੰ ਥੋੜ੍ਹਾ ਬਹੁਤਾ ਸ਼ੌਕ ਹੁੰਦਾ ਸੀ ਲੇਕਿਨ ਉੱਦਾਂ ਨਹੀਂ ਵੀ ਕੋਈ ਗਵਾਈਆਂ ਵਾਲਾ ਵੈਸੇ ਸੁਣਨ ਦਾ ਚੰਗਾ ਸ਼ੌਕ ਹੁੰਦਾ ਨਹੀਂ ਪਰ ਜੇ ਸ਼ੌਕ ਹੁੰਦਾ ਸੀ ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਫੈਮਿਲੀ ਸਪੋਰਟ ਵੀ ਮਿਲੀ ਹੋਊਗੀ ਨਹੀਂ ਪਹਿਲਾਂ ਨਹੀਂ ਮਿਲੀ ਪਹਿਲਾਂ ਤਾਂ ਬਹੁਤ ਕੁੱਟ ਖਾਧੀ ਆ ਸਾਰੇ ਅਸੀਂ ਨਾ ਅਸਲ ਦੇ ਵਿੱਚ ਇਸ ਤਰੀਕੇ ਨਾਲ ਗੱਲ ਕਰਦੇ ਹੁੰਦੇ ਆ ਕਿ ਮੈਡਮ ਜਦੋਂ ਵੀ ਅੰਗਰੇਜ਼ੀ ਬੋਲਦੇ ਆ ਨਾ ਮੈਂ ਟੋਕ ਦਿੰਨਾ ਇਹ ਕਹਿੰਦੇ ਫੈਮਿਲੀ ਸਪੋਰਟ ਆ ਜਿਹੜਾ ਮੈਂ ਕਹਿੰਦਾ ਹੁੰਦਾ ਇਹਨੂੰ ਕਹਿਣਾ ਸੀ ਵੀ ਤੁਹਾਨੂੰ ਪਰਿਵਾਰਕ ਸਹਿਯੋਗ ਪਰਿਵਾਰਕ ਸਮਰਥਨ ਮਿਲਿਆ ਕਿ ਨਹੀਂ ਨਹੀਂ ਤੁਸੀਂ ਫਿਰ ਪੰਜਾਬੀ ਦੇ ਵਿੱਚ ਬਿਲਕੁਲ ਨਿਪੁੰਨ ਹੋ ਨਾ ਬਿਲਕੁਲ ਸੋ ਪਹਿਲਾਂ ਪਹਿਲਾਂ ਨਹੀਂ ਸੀ ਸਪੋਰਟ ਪਰ ਬਾਅਦ 'ਚ ਮਾਂ ਬਾਪ ਦੀ ਔਰ ਸਾਰਿਆਂ ਦੀ ਸਪੋਰਟ ਮੇਰੇ ਨਾਲ ਹੋ ਠੀਕ ਹੈ ਕੀ ਬਾਤ ਉਹ ਆਦੀ ਹਾਜ਼ਰ ਹੈ ਜੱਜ ਦਾ ਵਿਚਾਰ ਆਪ ਸਭ ਦਾ ਪ੍ਰਾਈਮ ਏਸ਼ੀਆ ਟੀਵੀ ਨੂੰ ਅਥਾਹ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਸਾਡੇ ਅਗਲੇ ਪ੍ਰੋਗਰਾਮਾਂ ਦੀਆਂ ਅਪਡੇਟਸ ਲਈ ਯੂਟਿਊਬ ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਓ ਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਜੀ ਤੁਸੀਂ ਹਰਮਨਥਨ ਸਵਰਨ ਸਿੰਘ ਟਹਿਣਾ ਤੇ ਕਲੀਅਰ ਕੰਠ ਹੋਰਾਂ ਦੇ ਨਾਲ ਕੰਠ ਕਲੀਅਰ ਕੰਠ ਕਲੀਅਰ ਮੈਂ ਤਾਂ ਹੀ ਚੁੱਪ ਕਰ ਗਈ ਸੀ ਮੈਂ ਗਲਤੀ ਕਰ ਦਿੱਤੀ ਹੈ ਪਰ ਨਹੀਂ ਕੰਠ ਕਲੀਅਰ ਹੋਰਾਂ ਦੇ ਨਾਲ ਹੁਣ ਠੀਕ ਹੈ ਹਨਾ ਅੱਛਾ ਮੈਂ ਬਾਕੀ ਗੱਲਾਂ ਦੀਆਂ ਗੱਲਾਂ ਹੁਣ ਮੈਂ ਚਾਹੁੰਦੀ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਫੇਵਰੇਟ ਗਾਣਾ ਜਿਹੜਾ ਪਸੰਦੀਦਾ ਗੀਤ ਪਸੰਦੀਦਾ ਗੀਤ ਜ਼ਰੂਰ ਸੁਣਾ ਮੈਨੂੰ ਇੱਕ ਗਾਣਾ ਅੱਜ ਤੱਕ ਕਦੀ ਨਹੀਂ ਭੁੱਲਿਆ ਤੁਹਾਡਾ ਮਤਲਬ ਬਾਕੀ ਕਾਫੀ ਸਾਰੇ ਗਾਣੇ ਆਏ ਹਨਾ ਉਹ ਲਿਸਟ ਜਿਹੜੀ ਆ ਉਹ ਬਣਾਉਣੀ ਔਖੀ ਆ ਸੂਚੀ ਬਣਾਉਣੀ ਔਖੀ ਸੂਚੀ ਬਣਾਉਣੀ ਔਖੀ ਆ ਪਰ ਜਿਹੜਾ ਇੱਕ ਜਿਹੜਾ ਮੇਰਾ ਮਨ ਪਸੰਦੀਦਾ ਸੌਂਗ ਮੈਂ ਜਦੋਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਇੱਥੇ ਆ ਰਹੇ ਹੋ ਤਾਂ ਮੈਂ ਸਭ ਤੋਂ ਪਹਿਲਾਂ ਸਰ ਹੋਣਾਂ ਨਾਲ ਗੱਲ ਕੀਤੀ ਮੈਂ ਉਹ ਗਾਣਾ ਜ਼ਰੂਰ ਸੁਣਨਾ ਉਹਨਾਂ ਤੋਂ ਬਾਕੀ ਮੈਨੂੰ ਨਹੀਂ ਪਤਾ ਹਨਾ ਮੈਂ ਚਾਹੁੰਦੀ ਤੁਸੀਂ ਸਾਹ ਤੇ ਸੱਜਣ ਤੁਹਾਡਾ ਗਾਣਾ ਮੈਂ ਉਹ ਸੁਣਨਾ ਚਾਹੁੰਦੀ ਹਾਂ ਠੀਕ ਹੈ ਜੀ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ ਸਾਹ ਤੇ ਸੱਜਣ ਪਰਾਏ ਲੱਗਣ ਸਾਹ ਤੇ ਸੱਜਣ ਪਰਾਏ ਲੱਗਣ ਦੋਹਾਂ ਤੇ ਇਤਬਾਰ ਨਹੀਂ ਸਾਨੂੰ ਇਤਬਾਰ ਨਹੀਂ ਹਾਂ ਸਾਨੂੰ ਇਤਬਾਰ ਨਹੀਂ ਵਾਹ ਕੀ ਬਾਤ ਥੈਂਕ ਯੂ ਕਲੀਅਰ ਜੀ ਅਸੀਂ ਨਾ ਇਹਨਾਂ ਗੱਲਾਂ ਦੇ ਮੁਰੀਦ ਆ ਕਿਉਂਕਿ ਤੁਹਾਡੀ ਜਿਹੜਾ ਸੁਰੀਲਾ ਪਾਣਾ ਨਾ ਇਹ ਤੁਹਾਡਾ ਹਾਸਲ ਆ ਮੈਨੂੰ ਟਾਣਾ ਜੀ ਇਸ ਕਰਕੇ ਵੀ ਖੁਸ਼ੀ ਹੁੰਦੀ ਹੈ ਕਈ ਵਾਰੀ ਨਾ ਕੁਝ ਮੈਂ ਜਦੋਂ ਕੈਨੇਡਾ ਦੇ ਵਿੱਚ ਵੀ ਸ਼ੋਅ ਕਰਦਾ ਜਾਂ ਕਿਤੇ ਵੀ ਅਬਰੋਡ ਦੇ ਵਿੱਚ ਸ਼ੋਅ ਕਰਦਾ ਕੁਝ ਗੀਤ ਮੈਨੂੰ ਯਾਦ ਨਹੀਂ ਹੁੰਦੇ ਜਿਵੇਂ ਇਹ ਮੈਨੂੰ ਵੀ ਪੂਰੀ ਤਰ੍ਹਾਂ ਗੀਤ ਯਾਦ ਨਹੀਂ ਲੇਕਿਨ ਜਦੋਂ ਮੈਂ ਗਾਇਆ ਤੇ ਹੌਲੀ ਹੌਲੀ ਉਹ ਯਾਦ ਆ ਤੇ ਜਿਹੜੇ ਮੇਰੇ ਸਰੋਤੇ ਉਹਨਾਂ ਨੂੰ ਯਾਦ ਆ ਇਹ ਮੇਰੇ ਲਈ ਬਹੁਤ ਇੱਕ ਮੈਂ ਕਹਿੰਦਾ ਚੰਗੀ ਗੱਲ ਆ ਮੈਨੂੰ ਕਿ 20 ਸਾਲ ਹੋ ਗਏ ਮੇਰੇ ਕਰੀਅਰ ਨੂੰ ਅਗਰ ਮੇਰੇ ਹੁਣ ਵੀ ਗਾਣੇ ਮੇਰੇ ਸਰੋਤਿਆਂ ਨੂੰ ਯਾਦ ਆ ਤਾਂ ਮੈਂ ਕਹਿੰਦਾ ਯਾਦ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਇੱਕ ਨਾ ਮੈਂ ਹਮੇਸ਼ਾ ਸੋਚਦਾ ਹੁੰਦਾ ਕਿਸੇ ਮਹਾਨ ਸ਼ਾਇਰ ਨੇ ਲਿਖਿਆ ਕਿ ਕਲਾ ਕੀ ਹੈ ਜ਼ਿੰਦਗੀ ਦੇ ਦੀਦਿਆਂ ਦਾ ਨੂਰ ਹੈ ਕਲਾ ਜਲਵਾ ਕਵੀ ਮੂਸਾ ਜ਼ਿੰਦਗੀ ਕੋ ਹਤੂਰ ਹੈ ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ ਅਜੇ ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ ਜਿਹੜੇ ਬੇਸੁਰੇ ਬੇਤਾਲੇ ਬੌਂਗੜ
ਕਲਾਕਾਰ ਨੇ ਉਹਨਾਂ ਕਲਾਕਾਰਾਂ ਦੇ ਬਾਰੇ ਮੈਂ ਕੀ ਕਹਾਂ, ਮੇਰੇ ਕੋਲੇ ਸ਼ਬਦ ਮੁੱਕ ਜਾਂਦੇ ਆ। ਤੁਸੀਂ ਐਡਾ ਲੇਖ ਵੀ ਲਿਖਦੇ ਨੇ ਉਹਨਾਂ ਬਾਰੇ, ਤੁਸੀਂ ਜਿਹੜੇ ਪਹਿਲਾਂ ਤਿੰਨ ਸ਼ਬਦ ਬੋਲਦੇ ਹੋ ਮਿਲਾ ਦਾ ਆਪਣੇ ਆਪ ਚ ਉਹੀ ਕੰਪਲੀਟ ਹੋ ਗਿਆ। ਕੁਝ ਲਫ਼ਜ਼ ਤੁਹਾਡਾ ਬਹੁਤ ਅੱਛਾ ਪ੍ਰਭਾਵਸ਼ਾਲੀ ਔਰ ਬੜਾ ਭਾਰਾ ਲੱਗਾ, ਬੌਂਗੜ ਮੈਂ ਪਹਿਲਾਂ ਮੂੰਹ ਮੈਂ ਭਰ ਜਾਂਦਾ ਤੇ ਲਾਂਤਾ ਦਾ ਟੋਕਰਾ ਵੀ ਭਰ ਜਾਂਦਾ। ਠੀਕ ਹੈ, ਇਹਨਾਂ ਦਾ ਲਫ਼ਜ਼ ਮੈਂ ਇਹ ਦੇਖੋ ਮਿੱਤਰੋ, ਇਹ ਆ ਕਿ ਕਲੀਅਰ ਕੰਠ ਕੰਠ ਕਲੇਰ ਇਹ ਸਮਾਨ ਅਰਥਕ ਸ਼ਬਦ ਬਣ ਗਿਆ ਪੰਜਾਬੀ ਗਾਇਕੀ ਦੇ ਵਿੱਚ। ਮੈਨੂੰ ਲੱਗਦਾ ਟਣਾ ਜੀ ਚੱਕਰ ਪਤਾ ਕੀ ਹੈ, ਜਿਹੜੀ ਅੱਜ ਕੱਲ੍ਹ ਟੈਕਨੀਕ ਆ ਗਈ ਨਾ, ਟੈਕਨੀਕ ਨੇ ਬਹੁਤੇ ਸਿੰਗਰ ਕੰਪਿਊਟਰਾਈਜ਼ਡ ਗਾਇਕਾ, ਜਿਨ੍ਹਾਂ ਨੇ ਜਿਨ੍ਹਾਂ ਨੂੰ ਗਾਉਣਾ ਵੀ ਨਹੀਂ ਆਉਂਦਾ ਸੀ ਨਾ, ਜਦੋਂ ਅਸੀਂ ਸਿੱਖਦੇ ਹੁੰਦੇ, ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ, ਮੈਂ ਇਸ ਕਰਕੇ ਨਹੀਂ ਸਿੱਖਣਾ ਸ਼ੁਰੂ ਕੀਤਾ ਸੀ ਕਿ ਮੈਂ ਸਿੰਗਰ ਬਣਨਾ, ਮੈਨੂੰ ਗਾਣਾ ਚੰਗਾ ਲੱਗਦਾ ਸੀ, ਮੈਂ ਗਾਣੇ ਨੂੰ ਜਾਣਨ ਕਰਕੇ ਸਿੱਖਣਾ ਸ਼ੁਰੂ ਕੀਤਾ ਸੀ। ਪਰ ਅੱਜ ਤਾਂ ਕੋਈ ਸਿੱਖਣ ਦਾ ਤਾਂ ਮਸਲਾ ਬਿਲਕੁਲ, ਹੁਣ ਤਾਂ ਨਾ ਜਿਹੜੇ ਬਹੁ ਗਿਣਤੀ ਕਲਾਕਾਰ ਆ ਜਿਹੜੇ ਨਵੇਂ ਪੂਰ ਦੇ, ਉਹ ਕੰਪਿਊਟਰ ਦੇ ਉੱਤੇ ਹੈਗੇ ਨਿਰਭਰ, ਉਹ ਕਹਿੰਦੇ ਨਾਲ ਪੀ ਲਾ ਦੀ ਇੱਕੋ ਜੀ ਨਹੀਂ, ਪਲੱਸ ਅੱਧਾ ਕੁ ਤਾਂ ਕੁਛ ਉਹਨਾਂ ਦਾ ਕਸ਼ਟ ਜਿਹੜਾ ਉਹ ਫੇਸਬੁੱਕ ਨੇ ਹਲਕਾ ਕਰਤਾ ਨਾ, ਜਦੋਂ ਮਰਜ਼ੀ ਲਾਈਵ ਹੋ ਕੇ ਤੇ ਤੁਸੀਂ ਜਿਵੇਂ ਦਾ ਵੀ ਗਾਉਂਦੇ ਹੋ। ਅਸਲ ਜਨਾ ਫੇਸਬੁੱਕ ਨੂੰ ਆਪਾਂ ਨਵਾਂ ਰੂਪ ਦੇਣਾ, ਫੇਸ ਹੁੰਦਾ ਮੂੰਹ ਬੂਥਾ, ਤੇ ਬੁੱਕ ਹੁੰਦੀ ਪੋਥੀ, ਆਪਾਂ ਬੂਥਾ ਪੋਥੀ ਕਿਆ ਕਰਨਾ ਇਹਨੂੰ, ਕਿਆ ਬਾਤ ਹੈ, ਵੀ ਨਵਾਂ ਲਫ਼ਜ਼ ਹੈ। ਕਲੀਅਰ ਜੀ, ਤੁਸੀਂ ਇੱਕ ਫਰਮਾਇਸ਼ ਪੂਰੀ ਕਰਤੀ ਹੈ ਜੀ, ਸਾਹ ਤੇ ਸੱਜਣ ਦੀ। ਠੀਕ ਹੈ, ਦੇਖੋ ਸੱਜਣ ਸਾਹਾਂ ਵਰਗੇ ਹੋਣੇ ਚਾਹੀਦੇ ਆ, ਬਿਲਕੁਲ, ਤੇ ਸਾਹਾਂ ਦੀ ਵੀ ਕੀ ਅਹਿਮੀਅਤ ਆ ਜੇਕਰ ਸੱਜਣੀ ਨਾ ਚੱਜਦੇ ਹੋਣ। ਠੀਕ ਹੈ, ਪਰ ਜਿਹੜੇ ਤੁਹਾਡੇ ਗੀਤ ਆ ਨਾ, ਇਹ ਅੱਲੜ ਉਮਰ ਨੂੰ, ਜਵਾਨ ਉਮਰ ਨੂੰ, ਜਦੋਂ ਜਵਾਨੀ ਦੀਆਂ ਕਰੂੰਬਲਾਂ ਫੁੱਟਦੀਆਂ ਉਹਨੂੰ ਬੜਾ ਇਹ ਟੁੰਬਦੇ ਆ, ਨਾਲ ਜੋੜਦੇ ਆਪਣੇ। ਅਸੀਂ ਵੀ ਜਦੋਂ ਕਾਲਜ 'ਚ ਪੜ੍ਹਦੇ ਹੁੰਦੇ ਸੀ ਤੇ ਉਦੋਂ ਤੁਹਾਡੇ ਗੀਤ ਆ ਨਾ ਜਿਹੜੇ ਗੁਣਗੁਣਾਉਂਦੇ ਹੁੰਦੇ ਸੀ ਮੁੰਡੇ ਕੁੜੀਆਂ। ਮੈਨੂੰ ਤਾਂ ਕਾਲਜ ਦੇ ਵਿੱਚ ਜਾਣ ਦਾ ਵਕਤ ਘੱਟ ਮਿਲਦਾ ਸੀ ਕਿਉਂਕਿ ਮੈਂ ਅੱਧਾ ਦਿਨ ਕੰਮ ਕਰਦਾ ਸੀਗਾ ਰੋਟੀ ਰੋਜ਼ੀ ਦੇ ਲਈ, ਪਰ ਉਦੋਂ ਨਾ ਜਿਹੜੇ ਮੁੰਡੇ ਖੁੰਡੇ ਆ, ਮੇਰਾ ਵੀ ਇੱਦਾਂ ਹੁੰਦਾ ਸੀ, ਆਪਾਂ ਇੱਕੋ ਜਿਹੀ ਤਾਂ ਉਹ ਤਾਂ ਆਪਣੀ 15 ਸਾਲ ਦੀ ਸਾਂਝ। ਕਈ ਵਾਰੀ ਮੁੰਡਿਆਂ ਨੇ ਮੇਰੇ ਪਿੱਛੇ ਕਾਲਜ ਨੇ ਪੁੱਛਿਆ, ਯਾਰ ਤੂੰ ਕਾਲਜ ਨਹੀਂ ਆਇਆ ਤੇ ਮੈਂ ਕਿਤੇ ਕੰਮ ਲੱਗਾ ਹੋਣਾ, ਹੁਣ ਯਾਰ ਛੱਡ ਤੂੰ ਇਹ ਕੀ ਕੰਮ ਲੱਗਾ, ਤੂੰ ਇਸ ਕੰਮ ਲਈ ਥੋੜੀ ਬਣਿਆ। ਮੈਂ ਕਹਿੰਦਾ ਅਜੇ ਮੈਨੂੰ ਮਿੱਤਰੋ ਕਰਨਾ ਪੈਣਾ ਹੈ, ਕੋਈ ਨੀ ਮੈਂ ਅੱਜ 2 ਪੀਰੀਅਡ ਇਸ ਕੰਮ ਲਈ ਲਾ ਲਾਂ, ਕੱਲ੍ਹ ਫਿਰ ਤੁਹਾਨੂੰ ਜੁਆਇਨ ਕਰੂੰਗਾ। ਤੁਹਾਡਾ ਯਾਦਾਸ਼ਤ, ਤੁਹਾਡੀ ਚੇਤਾ ਕਿੰਨਾ ਕੁ ਚੰਗਾ? ਹਾਂ, ਚੇਤਾ ਤਾਂ ਮੇਰਾ ਚੰਗਾ ਕਿਉਂਕਿ ਮੈਂ ਮਾੜਾ ਵਕਤ ਨਹੀਂ ਭੁੱਲਿਆ ਤੇ ਨਾ ਕਦੇ ਭੁੱਲਣਾ ਵੀ ਨਹੀਂ ਚਾਹੀਦਾ। ਆਪਣੇ ਦੋਸਤ ਮਿੱਤਰ ਸੱਜਣ ਜਿਹੜੇ ਮੈਂ ਸਾਰੇ ਯਾਦ ਰੱਖਦਾ। ਪੰਛੀ ਜਿੰਨਾ ਮਰਜ਼ੀ ਉੱਚਾ ਉੱਡਲੇ, ਆਲਣਾ ਉਹਦਾ ਜ਼ਮੀਨ ਤੇ ਰਹਿਣਾ। ਬਿਲਕੁਲ, ਜਹਾਜ਼ ਜਿੰਨਾ ਮਰਜ਼ੀ ਉੱਚਾ ਉੱਡਲੇ, ਆਉਣਾ ਉਹਨੇ ਧਰਤੀ ਦੇ ਉੱਤੇ ਆ, ਉਹਨੇ 에ਅਰਪੋਰਟ ਦੇ ਉੱਤੇ ਆ ਕੇ ਆਪਦੇ ਟਾਇਰ ਲਾਉਣੇ ਆ, ਬ੍ਰੇਕ ਉੱਥੇ ਲੱਗਣੀ ਆ। ਬਿਲਕੁਲ, ਮੈਂ ਤੁਹਾਨੂੰ ਨਾ ਚੇਤਾ ਤਾਂ ਪੁੱਛਿਆ ਸੀ, ਅੱਛਾ ਬਈ ਤੁਹਾਡਾ ਚੇਤਾ ਇੱਕ ਹੋਰ ਗੱਲ ਕਰਕੇ ਵੀ ਚੰਗਾ, ਉਹ ਆ ਮੈਨੂੰ ਗਾਣਾ ਚੇਤੇ ਆਈ ਜਾਂਦਾ, ਮੈਂ ਗੱਲ ਘੁਮਾ ਫਰਾ ਕੇ ਗਾਣੇ ਤੇ ਲਿਆਉਣੀ। ਅੱਛਾ, ਗਾਣਾ ਉਹੀ ਸੁਣਨਾ ਪੈਣਾ ਹੈ, ਉਹ ਤੂੰ ਚੇਤੇ ਆਵੇਂ। ਠੀਕ ਹੈ, ਜਦ ਕਿਸੇ ਦੀਆਂ ਛਣਕਣ ਵੰਗਾ, ਉਸ ਗੀਤ ਦੇ ਵਿੱਚ ਨਾ ਮੈਨੂੰ ਕਲਾਤਮਕਤਾ ਨਜ਼ਰ ਆਉਂਦੀ ਹੈ। ਅੱਛਾ, ਉਹਦੇ ਵਿੱਚ ਕਰੇ ਤੁਸੀਂ ਵੰਗਾਂ ਦੀ ਗੱਲ ਕੀਤੀ ਹੈ, ਕਰੇ ਤੁਸੀਂ ਕੋਕੇ ਦੀ ਗੱਲ ਕੀਤੀ ਹੈ, ਸੁਖ ਚੈਨ ਤੂੰ ਮੇਰਾ ਲੈ ਗਈ ਹੈ, ਹੁਣ ਕਿੱਥੇ ਜਾ ਕੇ ਬਹਿ ਗਈ, ਹੁਣ ਤੂੰ ਕਿਹੜੇ ਰਾਹੇ ਪੈ ਗਈ ਹੈ, ਨੀ ਮੇਰੀ ਆਦਤ ਬਣ ਕੇ, ਤੂੰ ਚੇਤੇ ਆਵੇਂ ਜਦ ਕਿਸੇ ਦੀ ਝਾਂਜਰ ਛਣਕੀ, ਉੱਥੇ ਝਾਂਜਰ ਵੀ ਆ ਗਈ। ਮੇਰਾ ਨਾ ਇਹਨਾਂ ਜਿਹੜੀਆਂ ਪੰਜਾਬੀ ਸੱਭਿਆਚਾਰ, ਪੰਜਾਬ ਦੇ ਗਹਿਣੇ ਰਵਾਇਤੀ, ਇਹਨਾਂ ਦੇ ਨਾਲ ਮੇਰਾ ਬੜਾ ਪਿਆਰ ਆ, ਤੇ ਮੈਂ ਚਾਹੁੰਦਾ ਫਿਰ ਸਾਡਾ ਪਿਆਰ ਕਰਕੇ ਅਸੀਂ ਗਾਇਆ ਸੀ। ਬਿਲਕੁਲ, ਪਰ ਨਾ ਮੈਂ ਇੱਕ ਚੀਜ਼ ਦੀ ਮੁਰੀਦ ਹੋ ਗਈ ਵੀ ਸਰ ਨੇ ਗਾਣਾ ਵੀ ਪੂਰਾ ਖਬਰੀ ਭਾਸ਼ਾ ਦੇ ਵਿੱਚ ਨਾਲ ਦੱਸਿਆ। ਚਲੋ ਗਾ ਕੇ ਮੈਂ ਸੁਣਾਵਾਂਗਾ। ਬਿਲਕੁਲ ਸਹੀ, ਪਰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਨੂੰ ਗਾਣਾ ਯਾਦ ਹੈ, ਕਿ ਮੈਂ ਭੁੱਲ ਜਾਣਾ। ਮੈਨੂੰ ਬਹੁਤ ਘੱਟ ਗਾਣੇ ਚੇਤੇ ਆ, ਪਰ ਤੁਹਾਡਾ ਗਾਣਾ ਇਹ ਸੱਚੀ ਮੁੱਚੀ ਮੇਰੇ ਨਾ ਜਿਹੜੇ ਅੰਦਰ ਵਸਿਆ ਹੋਇਆ, ਜਿਵੇਂ ਚੇਤੇ ਦੀ ਸਲੇਟ ਦੇ ਉੱਤੇ ਉਕਰਿਆ। ਓਏ ਹੋਏ, ਚਲੋ ਹੁਣ ਤੁਹਾਡੀ ਫਰਮਾਇਸ਼ ਪੂਰੀ ਕਰ ਲਈ। ਜ਼ਰੂਰ, ਖੁਸ਼ੀਆਂ ਦਾ ਵੇਲਾ ਲੰਘਿਆ ਏ, ਆ ਦਰਦਾਂ ਸਾਨੂੰ ਡੰਗਿਆ ਏ, ਖੁਸ਼ੀਆਂ ਦਾ ਵੇਲਾ ਲੰਘਿਆ ਏ, ਆ ਦਰਦਾਂ ਸਾਨੂੰ ਡੰਗਿਆ ਏ, ਇਹ ਕਿਹੜੇ ਰੰਗ ਵਿੱਚ ਰੰਗਿਆ ਏ, ਕਿਹੜੇ ਰੰਗ ਵਿੱਚ ਰੰਗਿਆ ਏ ਸਾਨੂੰ ਰੱਬ ਦਿਆਂ ਰੰਗਾਂ, ਤੂੰ ਚੇਤੇ ਤੂੰ ਚੇਤੇ ਆਵੀਂ ਜਦ ਕਿਸੇ ਦੀਆਂ ਛਣਕਣ ਵੰਗਾਂ, ਤੂੰ ਚੇਤੇ ਆਵੇਂ ਚੇਤੇ ਆਵੇਂ ਜਦ ਕਿਸੇ ਦੀਆਂ ਛਣਕਣ ਵੰਗਾਂ। ਕੀ ਬਾਤ ਹੈ, ਜਿੰਨਾ ਖੂਬਸੂਰਤ ਤੁਸੀਂ ਗਾਇਆ, ਉਪਲਾਂ ਦੇ ਮਿੰਟੂ ਨੇ ਇੰਨਾ ਹੀ ਸੋਹਣਾ ਲਿਖਿਆ। ਬਿਲਕੁਲ ਬਿਲਕੁਲ ਜੀ, ਬਹੁਤ ਸੋਹਣਾ। ਹਰਮਨ ਜੀ, ਆਪਾਂ ਨਾ ਜਿਹੜੇ ਇਹਨਾਂ ਦੇ ਕੋਲੋਂ ਗਾਣੇ ਵੀ ਸੁਣ ਰਹੇ ਹਾਂ, ਹਾਂਜੀ, ਅਤੀਤ ਦੀਆਂ ਗੱਲਾਂ ਵੀ ਸਾਂਝੀਆਂ ਕਰ ਰਹੇ ਹਾਂ, ਪਰ ਇਹਨਾਂ ਦਾ ਇੱਕ ਨਵਾਂ ਗੀਤ ਆਇਆ, ਉਹ ਗੀਤ ਵੀ ਬਾਕਮਾਲ ਆ। ਬਿਲਕੁਲ ਸਹੀ, ਬਿਲਕੁਲ। ਇਹ ਜਿਹੜਾ ਨਾ ਗੀਤ, ਦੇਖੋ ਇੱਕ ਹੁੰਦਾ ਕਿ ਆਪਾਂ ਕਿਸੇ ਦਾ ਰਿਕਾਰਡ ਤੋੜਨਾ, ਇੱਕ ਹੁੰਦਾ ਆਪਣਾ ਰਿਕਾਰਡ ਆਪੇ ਤੋੜਨਾ। ਹੁਸੈਨ ਬੋਲਟ ਆ ਨਾ ਜਿਹੜਾ 100 ਮੀਟਰ ਦੀ ਦੌੜ ਚ, ਉਹਨੇ ਆਪਣੇ ਰਿਕਾਰਡ ਬੜੀ ਵਾਰ ਆਪ ਤੋੜੇ, ਤੇ ਮੈਂ ਉਹਨਾਂ ਗਾਇਕਾਂ ਨੂੰ ਸੱਚੀ ਮੁੱਚੀ ਬੜੀ ਮੁਹੱਬਤ ਕਰਦਾ ਦਿਲੋਂ, ਜਿਹੜੇ ਗੀਤਾਂ ਦੇ ਜ਼ਰੀਏ, ਪਿਆਰ ਦੇ ਜ਼ਰੀਏ
ਤੇ ਹੁਣ ਤਾਂ ਚਲੋ ਵਿਊ ਦੇ ਉੱਤੇ ਟਿਕੀ ਆ ਨਾ, ਕਿੰਨੇ ਵਿਊ ਹੋ ਗਏ, ਕਿੰਨੇ ਕਮੈਂਟ ਹੋ ਗਏ। ਇਹ ਕੈਸਟਾਂ ਤੋਂ ਲੈ ਕੇ ਵਿਊ ਵਾਲੇ ਦੌਰ ਤੱਕ ਆਪਣੇ ਰਿਕਾਰਡ ਆਪੇ ਤੋੜਦੇ ਆ। ਮੈਂ ਸੋਚਣਾ ਕਿ ਆਪਾਂ ਬ੍ਰੇਕ ਤੋਂ ਬਾਅਦ ਨਾ ਉਸ ਗਾਣੇ ਦੇ ਬਾਰੇ ਸਾਰੀ ਗੱਲਬਾਤ ਸਾਂਝੀ ਕਰੀਏ। ਬਿਲਕੁਲ ਜੀ, ਨਵਾਂ ਗੀਤ ਹੈ ਉਹਦੇ ਬਾਰੇ ਗੱਲ ਕਰਨੀ ਆਪਾਂ। ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ। ਆਪ ਸਭ ਦਾ ਪ੍ਰਾਈਮ ਏਸ਼ੀਆ ਟੀਵੀ ਨੂੰ ਅਥਾਹ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ। ਸਾਡੇ ਅਗਲੇ ਪ੍ਰੋਗਰਾਮਾਂ ਦੀਆਂ ਅਪਡੇਟਸ ਲਈ YouTube ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਓ ਤੇ ਸਾਡੇ Facebook ਪੇਜ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ ਪ੍ਰੋਗਰਾਮ ਚ ਅੱਜ ਦਾ ਵਿਚਾਰ ਦੇ ਵਿੱਚ ਕੰਠ ਕਲੀਅਰ ਹੋ ਰਹੀ ਸਾਡੇ ਨਾਲ ਨੇ, ਤੇ ਜਿਵੇਂ ਕਿ ਅਸੀਂ ਐਡ ਤੇ ਜਾਣ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਨਵਾਂ ਗਾਣਾ ਜੀ, ਆਪਾਂ ਉਹਦੇ ਬਾਰੇ ਚ ਹੁਣ ਗੱਲ ਕਰਨੀ। ਬਿਲਕੁਲ, ਹੈ ਨਾ, ਪਿਛਲਿਆਂ ਬਾਰੇ ਬਹੁਤ ਚਰਚਾ ਹੋ ਗਈ, ਤੁਹਾਨੂੰ ਗਾਣੇ ਦੇ ਸਿਰਲੇਖ ਦਾ ਤਾਂ ਪਤਾ ਨਾ, ਗਾਣੇ ਦੇ ਬੋਲ ਕੀ ਆ। ਤੇਰੇ ਨਾਲ ਜੀਣਾ ਫੋਰਐਵਰ ਨਾ ਹਮੇਸ਼ਾ, ਚੱਲ ਫਿਰ ਆ ਗਈ, ਤੇਰੇ ਨਾਲ ਜੀਣਾ ਸਦਾ ਲਈ, ਸਦਾ ਲਈ। ਠੀਕ ਆ, ਇਹ ਦੇਖੋ ਜਿਹੜੇ ਕਲਾਕਾਰ ਭਾਈਚਾਰਾ ਨਾ, ਉਹ ਉਹਨਾਂ ਨੂੰ ਕਈ ਗੱਲਾਂ ਹੁੰਦੀਆਂ ਕਿ ਉਹ ਨਾਲ ਅੰਗਰੇਜ਼ੀ ਵੀ ਜੋੜਦੇ ਆ। ਠੀਕ ਆ, ਆਪਾਂ ਸ਼ੁੱਧ ਪੰਜਾਬੀ ਤੇ ਪਹਿਲਾਂ ਵਾਂਗੂ ਪਹਿਰਾ ਦੇਣਾ, ਅਸੀਂ ਇਹੀ ਕਹਿਣਾ ਵੀ ਤੇਰੇ ਨਾਲ ਜੀਣਾ ਸਦਾ ਲਈ, ਸਦਾ ਲਈ। ਸੋ ਪਹਿਲਾਂ ਉਹ ਸੁਣ ਲਈਏ ਆਪਾਂ ਗਾਣਾ। ਬਿਲਕੁਲ ਹਾਂ, ਔਰ ਮੇਰਾ ਕਹਿਣਾ ਜੀ 4-5 ਮਹੀਨੇ ਬਾਅਦ ਗਾਣਾ ਆਇਆ। ਅੱਛਾ, ਅੱਜ ਕੱਲ੍ਹ ਤੁਹਾਨੂੰ ਪਤਾ ਮਾਹੌਲ ਕਿੱਦਾਂ ਦਾ, ਵੀ 15 ਦਿਨ ਬਾਅਦ ਗਾਣਾ ਆ ਜਾਂਦਾ। ਸਹੀ, ਪਰ ਸਾਨੂੰ ਅਸੀਂ ਇੱਦਾਂ ਦੇ ਚੂਜ਼ੀ ਬੰਦੇ ਕਿ ਸਾਨੂੰ ਗਾਣਾ ਹੀ ਨਹੀਂ ਲੱਭਦਾ, ਸੋਚੀਦਾ ਯਾਰ ਆਹ ਨਹੀਂ, ਆਹ ਨਹੀਂ, ਆਹ ਨਹੀਂ, ਆਹ ਨਹੀਂ, ਆਹ ਚੰਗਾ ਯਾਰ ਆਹ ਗਾਈਏ। ਤੇਰੇ ਨਾਲ ਜੀਣਾ ਦੀ ਗੱਲ ਤਾਂ ਆਪਾਂ ਬਾਤ ਪਾਉਣੀ ਆ, ਗਾਣਾ ਵੀ ਸੁਣਨਾ, ਕਿਉਂਕਿ ਹੁਣੇ ਹੁਣੇ ਇਹ ਤਾਜ਼ਾ ਤਾਜ਼ਾ ਗਿੱਲਾ ਗਿੱਲਾ ਗਾਣਾ ਇਹਨੂੰ ਆਪਾਂ ਸੁਣਨਾ। ਪਰ ਨਾ ਮੈਨੂੰ ਇਹ ਦੱਸੋ ਕਿ ਤੁਸੀਂ ਤਾਂ ਪੂਰੇ 8 ਗੀਤ ਗਾਉਂਦੇ ਰਹੇ ਹੋ, 9 ਗੀਤ ਵੀ ਕੈਸਟਾਂ 'ਚ ਕਰਦੇ ਰਹੇ ਹੋ। ਇੱਕ ਵੇਲਾ ਸੀ ਜਦੋਂ ਪੱਥਰ ਦੇ ਤਵੇ ਹੁੰਦੇ ਸੀ, ਫਿਰ ਪਲਾਸਟਿਕ ਦੇ ਆ ਗਏ, ਫਿਰ ਕੈਸਟਾਂ ਆ ਗਈਆਂ, ਫਿਰ ਸੀਡੀਆਂ ਆ ਗਈਆਂ, ਉਹਦੇ 'ਚ ਮੋਰੀ ਕੱਢਦੇ ਹੁੰਦੇ ਸੀ, ਫਿਰ ਪੈਨ ਡਰਾਈਵ ਆ ਗਈ, ਫਿਰ ਹੁਣ ਆ ਗਈ ਯੂਟਿਊਬ, ਹੁਣ ਆ ਗਿਆ ਸੋਸ਼ਲ ਮੀਡੀਆ। ਪੈਨ ਡਰਾਈਵ ਦੇ ਵਿੱਚ ਗਾਇਕ ਦੀ ਦਹਾਕਿਆਂ ਦੀ ਕਿਰਤ ਤੁਸੀਂ ਪਾ ਕੇ ਜਿੱਥੇ ਮਰਜ਼ੀ ਲੈ, ਉਹ ਵੀ ਜਿੰਨੇ ਮਰਜ਼ੀ ਗਾਇਕਾਂ ਦੀ, ਜਿੰਨੇ ਮਰਜ਼ੀ। ਇਹ ਜਿਹੜਾ ਕਹਿਰਾ ਗਾਣਾ, ਇਹ ਗਾ ਕੇ ਕਿੰਨੀ ਕੁ ਸੰਤੁਸ਼ਟੀ ਮਿਲਦੀ ਆ ਜਾਂ ਪੂਰੀ ਕੈਸਟ ਕਰਕੇ ਮਿਲਦੀ ਸੀ? ਦੇਖੋ ਜੀ, ਕੈਸਟ ਦਾ ਇਹ ਹੁੰਦਾ ਸੀ ਕਿ ਤੁਸੀਂ ਹਰ ਵਰਗ ਲਈ ਜਾਂ ਹਰ ਹਰ ਟੇਸਟ ਦਾ ਗਾਣਾ ਤੁਸੀਂ ਉਹ 'ਚ ਕਰ ਸਕਦੇ ਹੋ ਕਿ ਚਲੋ ਜੀ, ਇੱਕ ਅੱਧਾ ਸੋਸ਼ਲ ਹੋ ਗਿਆ, ਕੋਈ ਰੋਮੈਂਟਿਕ ਹੋ ਗਿਆ, ਕੋਈ ਸੈਡ ਹੋ ਗਿਆ, ਕੋਈ ਬੀਟ ਹੋ ਗਿਆ। ਲੇਕਿਨ ਹੁਣ ਅੱਜ ਦਾ ਦੌਰ ਜਿਹੜਾ ਸਿਰਫ ਦੇਖਣ ਦਾ ਰਹਿ ਗਿਆ, ਕੋਈ ਵੀ ਗਾਣਾ ਆਉਂਦਾ ਤੁਹਾਡਾ, ਜਿੰਨਾ ਚਿਰ ਵੀਡੀਓ ਨਹੀਂ ਆਉਂਦਾ ਉਨਾ ਚਿਰ ਲੋਕਾਂ ਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਹੁਣ ਕੰਪਨੀ ਜਿਹੜੀ ਵੀ ਕੋਈ ਤੁਹਾਨੂੰ ਰਿਕਾਰਡ ਕਰਦੀ ਹੈ, ਟੇਪ ਕਰਦੀ ਹੈ, ਤੇ ਉਹ ਲਈ 8 ਜਾਂ 10 ਵੀਡੀਓ ਕਰਨੇ ਬੜੇ ਔਖੇ। ਸਹੀ ਹੈ, ਬਿਲਕੁਲ ਸਹੀ। ਹੁਣ ਉਹ ਸੋਚਦੇ ਵੀ ਯਾਰ 8-10 ਨਾਲੋਂ ਤੁਸੀਂ 1 ਜਾਂ 2 ਗੀਤ ਇੱਕ ਗਾਣੇ ਤੇ ਪੂਰਾ ਜ਼ੋਰ ਲਾ, ਹਾਂ ਉਹ ਅੱਛਾ ਆ ਤਾਂ ਉਹਦਾ ਵੀਡੀਓ ਕਰੋ, ਉਹਦੀ ਉਹਨੂੰ ਪ੍ਰਮੋਟ ਚੰਗਾ ਕਰੋ, ਫਿਰ ਕੋਈ ਦੂਸਰਾ ਕਰੋ। ਇਹ ਜਿਹੜਾ ਤੁਹਾਡਾ ਤੇਰੇ ਨਾਲ ਜੀਣਾ ਹਮੇਸ਼ਾ ਵਾਸਤੇ, ਇਹ ਸਿੰਗਲ ਟ੍ਰੈਕ ਹੈ, ਇਹ ਸਿੰਗਲ, ਇਹ ਕਹਿਰਾ ਗਾਣਾ, ਜਿਹੜਾ ਤੁਹਾਡਾ ਕਹਿਰਾ ਗਾਣਾ, ਇਹਦੇ ਬੋਲ ਲਿਖੇ ਆ ਮਿੰਟੂ ਹੀਰਾ ਵਾਲੇ। ਮਿੰਟੂ ਹੀਰਾ ਤੁਹਾਡਾ ਇਸ ਤੋਂ ਪਹਿਲਾਂ ਵੀ ਸੰਗੀਤ ਕਿਹਨੇ ਤਿਆਰ ਕੀਤਾ, ਕਿਹੜੀ ਕੰਪਨੀ ਆ, ਕਿੱਥੇ ਵੀਡੀਓ ਤਿਆਰ ਕੀਤਾ, ਕੌਣ ਵੀਡੀਓ ਡਾਇਰੈਕਟਰ ਆ, ਇਹਦੇ ਪਿੱਠਵਰਤੀ ਕਲਾਕਾਰ ਆ ਨਾ ਜਿਹੜੇ, ਸਾਨੂੰ ਨਾ ਇਸ ਗੱਲ ਦੀ ਬੜੀ ਖੁਸ਼ੀ ਆ ਕਲੀਅਰ ਜੀ, ਕਿ ਜਿਹੜੇ ਸਾਡੇ ਕੈਨੇਡਾ, ਅਮਰੀਕਾ ਜਾਂ ਦੁਨੀਆਂ ਭਰ ਦੇ ਵਿੱਚ ਵਸਦੇ ਪੰਜਾਬੀ ਆ ਨਾ, ਉਹ ਕਹਿੰਦੇ ਵੀ ਸਾਨੂੰ ਚੱਜ ਦਾ ਵਿਚਾਰ ਹੁਣ ਇਸ ਕਰਕੇ ਬਹੁਤ ਪਸੰਦ ਆਉਂਦਾ ਕਿਉਂਕਿ ਤੁਸੀਂ ਠੇਠਤਾ ਦੀ ਗੱਲ ਕਰ ਰਹੇ। ਇਸ ਗੱਲ ਦਾ ਗਵਾਹ ਮੈਂ ਅਜੇ 1 ਮਹੀਨਾ ਪਹਿਲਾਂ ਕੈਨੇਡਾ ਤੋਂ ਆਇਆ ਤੇ ਮੈਂ ਤੁਹਾਡੇ ਪ੍ਰੋਗਰਾਮ ਨੂੰ ਉੱਥੇ ਬੈਠ ਕੇ ਦੇਖਿਆ ਵੀ ਆ, ਲੋਕਾਂ ਦੇ ਕੋਲੋਂ ਇਹ ਵਿਚਾਰ ਵੀ ਸੁਣਿਆ ਤੇ ਲੋਕ ਬਹੁਤ ਐਪਰੀਸ਼ੀਏਟ ਕਰਦੇ ਆ, ਬਹੁਤ ਉਡੀਕਦੇ ਆ ਤੁਹਾਡੇ ਇਸ ਪ੍ਰੋਗਰਾਮ ਨੂੰ, ਤੇ ਇਹ ਲਈ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ, ਤੁਸੀਂ ਛਾਏ ਹੋਏ। ਸੋ ਹੁਣ ਜੇ ਗੀਤ ਹੈ ਜੀ ਜਿਹੜਾ ਇਹ ਲਿਖਿਆ ਮਿੰਟੂ ਹੇਰ ਨੇ, ਜਿਹਦੇ ਪਹਿਲਾਂ ਵੀ ਮੈਂ ਕਾਫੀ ਗੀਤ ਗਾਇਆ ਤੇ ਜੱਸੀ ਬਰੋ ਦਾ ਮਿਊਜ਼ਿਕ ਆ ਤੇ ਕਮਲ ਦੇ ਨਾਲ ਪੂਰੀ ਹੈਲਪ ਕੀਤੀ ਆ, ਛੋਟੇ ਕਮਲ ਕਲੀਅਰ, ਹਾਂ ਜਿਹੜਾ ਮੇਰਾ ਮੇਰਾ ਬ੍ਰਦਰ ਆ, ਤੇ ਟੀ ਸੀਰੀਜ਼ ਕੰਪਨੀ ਵੱਲੋਂ ਰਿਲੀਜ਼ ਹੋ ਰਿਹਾ, ਰਿਲੀਜ਼ ਹੋ ਗਿਆ ਤੇ ਸਾਰੇ ਪਿਆਰ ਕਰ ਰਹੇ ਨੇ। ਤੇ ਇਹਦਾ ਵੀਡੀਓ ਫਿਲਮਾਂਕਣ ਕੀ ਨੇ ਕੀਤਾ? ਇਹ ਨਵਰਾਜ ਰਾਜਾ ਜੀ ਮੇਰਾ ਪੁਰਾਣਾ, ਜਿੱਦਾਂ ਆਪਾਂ ਪੁਰਾਣੇ ਵਾਕਫ ਆ 15 ਸਾਲ ਤੋਂ, ਤੇ ਨਵਰਾਜ ਰਾਜਾ ਨਾਲ ਬੜੀ ਸਾਂਝ ਆ। ਤੇ ਇਹ ਕਿੱਥੋਂ ਦੀਆਂ ਜਿਹੜੀਆਂ ਲੋਕੇਸ਼ਨਾਂ, ਖੂਬਸੂਰਤ ਦ੍ਰਿਸ਼ ਆ ਜਿਹੜੇ? ਅਸੀਂ ਪਿਛਲੇ ਦਿਨਾਂ 'ਚ ਗਏ ਸੀ ਕੈਨੇਡਾ ਸ਼ੋਅ ਕਰਨ ਲਈ ਤੇ ਉੱਥੇ ਅਸੀਂ ਜਿਹੜੇ ਕੈਨੇਡਾ ਦੇ ਵਿੱਚ, ਤੁਹਾਨੂੰ ਪਤਾ ਜਿੱਧਰ ਮਰਜ਼ੀ ਨਿਗਾਹ ਮਾਰੋ ਉੱਥੇ ਤਾਂ ਲੋਕੇਸ਼ਨ ਹੀ ਲੋਕੇਸ਼ਨ ਹੈ, ਖੂਬਸੂਰਤੀ ਇੰਨੀ ਆ, ਖੂਬਸੂਰਤੀ ਲੋਕੇਸ਼ਨ ਨਹੀਂ ਹੈ। ਤੇ ਅਸੀਂ ਉੱਥੇ ਫਿਰ ਉਸ ਗਾਣੇ ਨੂੰ ਫਿਲਮਾਂਕਣ ਕੀਤਾ, ਸ਼ੂਟ ਨਹੀਂ ਕੀਤਾ। ਚਰਚਾ ਦੇ ਵਿੱਚ ਹੋਣਾ ਕੁਦਰਤੀ ਵੀ ਹੈ ਤੇ ਅਸੀਂ ਨਾ ਇੱਕ ਨਿੱਕੀ ਜਿਹੀ ਬ੍ਰੇਕ ਲੈ ਲਈਏ ਮਧਰੀ ਜੀ, ਠੀਕ ਹੈ, ਉਸ ਤੋਂ ਬਾਅਦ ਆਪਾਂ ਇਸ ਗਾਣੇ ਦੇ ਬੋਲ ਵੀ ਸੁਣਾਵਾਂਗੇ। ਕਲੀਅਰ ਜੀ, ਆਪਾਂ ਗੱਲ ਕਰਦੇ ਸੀਗੇ
ਤੇਰੇ ਨਾਲ ਜੀਣਾ ਸਦਾ ਲਈ ਹਮੇਸ਼ਾ ਲਈ ਹਾਂ ਫੋਰਐਵਰ ਨਹੀਂ ਭਾਈ ਸਦਾ ਲਈ ਦੇਖੋ ਆਪਾਂ ਪੰਜਾਬੀ ਚ ਬੋਲਣਾ ਪੰਜਾਬੀ ਦਾ ਖਾਣੇ ਆ 35 ਅੱਖਰਾਂ ਨਾਲ ਸਾਂਝਾ ਪੰਜਾਬ ਚ ਜੀਣਾ ਮਰਨਾ ਸਹੀ ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪਰ ਜੇ ਕਿਤੇ ਇਸ ਗਾਣੇ ਦੇ ਆਉਣ ਤੋਂ ਪਹਿਲਾਂ ਕਲੇਰ ਜੀ ਇੱਥੇ ਆਉਂਦੇ ਹਨਾ ਤੇ ਇਹਨਾਂ ਨੇ ਕਦੇ ਵੀ ਫੋਰਐਵਰ ਨਾਲ ਨਹੀਂ ਸੀ ਗਾਉਣਾ ਉਹ ਸਦਾ ਲਈ ਹੋ ਜਾਣਾ ਸੀ ਅਸੀਂ ਚਾਹੁੰਦੇ ਆ ਨਾ ਕਿ ਇਹ ਜਿਹੜਾ ਗਾਣਾ ਇਹ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਤਾਂ ਹੁਣ ਚੱਲਣਾ ਹੀ ਆ ਤੇ ਚੱਲਣਾ ਚਾਹੀਦਾ ਵੀ ਕਿਉਂਕਿ ਅਸੀਂ ਚੰਗੇ ਚੰਗੇ ਗੀਤ ਚਲਾਉਂਦੇ ਆ ਇਹਦੇ ਤੇ ਤੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਨਾਲ ਆਪਣੇ ਕੰਠ ਦੇ ਰਾਹੀਂ ਕੰਠ ਕਲੇਰ ਸਾਂਝ ਪਾ ਵੇਖ ਲੈ ਨਜ਼ਰ ਇੱਕ ਸਾਡੇ ਵੱਲ ਵੀ ਤੇਰਿਆਂ ਰਾਹਾਂ ਦੇ ਵਿੱਚ ਰੋਜ਼ ਆਉਂਦੇ ਆ ਵੇਖ ਲੈ ਨਜ਼ਰ ਇੱਕ ਸਾਡੇ ਵੱਲ ਵੀ ਤੇਰਿਆਂ ਰਾਹਾਂ ਦੇ ਵਿੱਚ ਰੋਜ਼ ਆਉਂਦੇ ਆ ਉਹ ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਹਾਂ ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਹਾਂ ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਹਾਂ ਵਾਹ ਕੀ ਬਾਤ ਹੈ ਥੈਂਕ ਯੂ ਦੇਖੋ ਇਹ ਜਿਹੜਾ ਨਾ ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਹਾਂ ਇਹ ਤੁਸੀਂ ਕਹੋਗੇ ਵੀ ਪੱਤਰਕਾਰੀ ਵਾਲੀ ਗੱਲ ਕਰੀ ਜਾਂਦਾ ਦੇਖੋ ਜਦ ਤੱਕ ਸਾਸ ਤਦ ਤੱਕ ਆਸ ਇਸ ਗਾਣੇ ਦੇ ਵਿੱਚੋਂ ਨਾ ਮੈਨੂੰ ਆਸ਼ਾਵਾਦ ਦੇ ਝਲਕਾਰੇ ਪੈਂਦੇ ਕੀ ਬਾਤ ਕੀ ਬਾਤ ਬਹੁਤ ਮੈਂ ਮੈਂ ਕਾਫੀ ਅੱਛੇ ਅੱਛੇ ਲਫ਼ਜ਼ ਜਿਹੜੇ ਪੰਜਾਬੀ ਦੇ ਅੱਜ ਲੈ ਕੇ ਜਾਊਂਗਾ ਮੈਂ ਤੁਹਾਡੀ ਇਸ ਗੱਲੋਂ ਦੱਸ ਦਿੰਨਾ ਤੁਸੀਂ ਜੱਜੇ ਪੈਰ ਬਿੰਦੀ ਫੱਫੇ ਪੈਰ ਬਿੰਦੀ ਕਿੱਥੇ ਪਾਉਣੀ ਜੇ ਕੋਈ ਹੋਰ ਕਲਾਕਾਰ ਹੁੰਦੇ ਨਾ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਉਹ ਰੋਜ਼ ਕਹਿੰਦੇ ਰੋਜ਼ ਗਾਉਂਦੇ ਆ ਰੋਜ਼ ਜਾਉਂਦੇ ਆ ਉਹ ਭਾਈ ਜੱਜੇ ਪੈਰ ਬਿੰਦੀ ਪਾਉਣੀ ਆਪਾਂ ਪਰ ਇਹ ਹਰ ਥਾਂ ਤੇ ਨਹੀਂ ਪਾਉਣੀ ਗੀ ਜੀਜੇ ਨੂੰ ਜੀਜ਼ਾ ਨਹੀਂ ਬਣਾਉਣਾ ਠੀਕ ਆ ਉੱਥੇ ਬਿੰਦੀ ਨਹੀਂ ਪੈਂਦੀ ਮੈਂ ਕੁਛ ਨਾ ਕੁਛ ਗਲਤੀਆਂ ਜ਼ਿੰਦਗੀ ਚ ਹੁੰਦੀਆਂ ਰਹਿੰਦੀਆਂ ਨਾ ਮੈਂ ਇੱਕ ਟੀਚਰ ਮੇਰੇ ਦੋਸਤ ਹੈ ਬੜੇ ਚੰਗੇ ਉਹ ਪੰਜਾਬੀ ਦੇ ਬਹੁਤ ਅੱਛਾ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਮੈਂ ਉਹਨਾਂ ਤੋਂ ਬਕਾਇਦਾ ਦੁਬਾਰਾ ਮੈਂ ਜੋ ਚਾਹੇ ਬੀ ਏ ਤੱਕ ਕੀਤਾ ਸਾਰਾ ਕੁਛ ਲੇਕਿਨ ਮੈਂ ਹੁਣ ਊੜੇ ਆੜੇ ਤੋਂ ਦੁਬਾਰਾ ਸ਼ੁਰੂ ਹੋਇਆ ਕਿ ਪੂਰੀਆਂ ਲਗਾ ਮਾਤਰਾ ਦੀ ਜਿਹੜੀ ਨਹੀਂ ਵੀ ਸਿੱਖੀ ਗੱਲ ਉਹ ਨਾ ਕੁਛ ਸਿੱਖੀ ਜਾਏ ਪਰ ਮੈਨੂੰ ਐ ਲੱਗ ਰਿਹਾ ਸੀ ਵੀ ਜਿੰਨੀ ਦੇਰ ਤੁਸੀਂ ਗਾਣਾ ਗਾ ਰਹੇ ਸੀ ਹਨਾ ਵੀ ਜੇ ਇਹਦੇ ਚ ਹੁਣ ਇੱਕ ਵੀ ਅੱਖਰ ਕੋਈ ਅੰਗਰੇਜ਼ੀ ਦਾ ਆ ਗਿਆ ਉਹਨਾਂ ਨੇ ਵਿੱਚ ਹੀ ਟੋਕ ਦੇਣਾ ਵੀ ਆ ਨਹੀਂ ਆ ਨਹੀਂ ਨਹੀਂ ਹੁਣ ਮੈਂ ਸੰਕੋਚ ਕਰਾ ਕਰੂੰਗਾ ਬਹੁਤ ਕੀ ਬਾਤ ਸੋ ਨਾਈਸ ਸੰਕੋਚ ਆ ਗਿਆ ਵਿੱਚ ਸੋ ਨਾਈਸ ਵੀ ਨਹੀਂ ਕਮਾਲ ਹੋ ਗਈ ਇੱਕ ਤੁਸੀਂ ਕਹਿੰਦੇ ਹੁੰਨੇ ਆ ਓ ਮਾਈ ਗੋਡ ਆਪਾਂ ਕੀ ਕਰਨਾ ਹਾਏ ਮੇਰੇ ਰੱਬਾ ਹਾਏ ਮੇਰੇ ਰੱਬਾ ਬਿਲਕੁਲ ਬਿਲਕੁਲ ਆਪਾਂ ਗੱਲ ਕਰਦੇ ਸੀ ਤੁਹਾਡੇ ਨਵੇਂ ਗਾਣੇ ਦੀ ਅੱਜ ਕੱਲ੍ਹ ਗਾਣਿਆਂ ਦਾ ਪ੍ਰਚਾਰ ਹੈ ਨਾ ਜਿਹੜਾ ਉਹ ਟੀਵੀ ਚੈਨਲਾਂ ਦੇ ਉੱਤੇ ਹੈ ਸੋਸ਼ਲ ਮੀਡੀਆ ਦੇ ਉੱਤੇ ਹੈ ਕਿਉਂਕਿ ਉਹ ਪ੍ਰਚਾਰ ਦਾ ਨਾ ਇੱਕ ਇਹੋ ਜਿਹਾ ਮੰਚ ਬਣ ਗਿਆ ਜਿਹਦੇ ਉੱਤੇ ਤੁਸੀਂ ਸ਼ੇਅਰ ਕਮੈਂਟ ਲਾਈਕ ਡਿਸਲਾਈਕ ਤੁਹਾਡੀ ਨਾ ਇਹ ਪ੍ਰਸਿੱਧੀ ਤੁਹਾਡੇ ਨਾਮਣੇ ਤੁਹਾਡੀ ਹਰਮਨ ਪਿਆਰਤਾ ਦਾ ਇੱਕ ਪੈਮਾਨਾ ਬਣ ਗਿਆ ਸੋਸ਼ਲ ਮੀਡੀਆ ਦੇ ਨਾਲ ਜਿਹੜੀ ਗਾਇਕੀ ਜੁੜੀ ਹੈ ਪੰਜਾਬੀ ਵਕਤ ਦੇ ਵਿੱਚ ਤਬਦੀਲੀ ਆਉਣੀ ਤਾਂ ਕੁਦਰਤੀ ਸੀ ਜਿਹੜੀ ਇਹ ਜੁੜ ਗਈ ਹੈ ਸੋਸ਼ਲ ਮੀਡੀਆ ਨਾਲ ਗਾਇਕੀ ਇਹਦੇ ਕਿੰਨੇ ਕੁ ਚੰਗੇ ਪ੍ਰਭਾਵ ਮੰਨਦੇ ਹੋ ਅਤੇ ਕਿੰਨੇ ਕੁ ਮਾੜੇ ਦੇਖੋ ਜੀ ਉਹ ਸਮਾਂ ਚੰਗਾ ਸੀ ਜਦੋਂ ਅਸੀਂ ਜਿਹੜੀ ਮੈਂ ਟਾਈਮ ਦੀ ਗੱਲ ਕਰਦਾ ਕੋਈ ਬਹੁਤੇ ਲੰਬਾ ਟਾਈਮ ਨਹੀਂ ਹੋਇਆ 15-18 ਸਾਲ ਦੀ ਗੱਲ ਹੈ ਕਿ ਉਦੋਂ ਉਹੀ ਬੰਦਾ ਗਾਉਂਦਾ ਸੀ ਜਿਹੜਾ ਗਾਇਕੀ ਨੂੰ ਜਾਣਦਾ ਸੀ ਜਿਹੜਾ ਜਿਹਨੂੰ ਲੱਗਦਾ ਹੁੰਦਾ ਸੀ ਕਿ ਹਾਂ ਜਾਂ ਸੁਣਨ ਵਾਲਾ ਕਹਿੰਦਾ ਹੁੰਦਾ ਕਿ ਯਾਰ ਇਹਦੀ ਆਵਾਜ਼ ਇੱਕ ਗਾਇਕ ਵਾਲੀ ਹੈ ਪਰ ਹੁਣ ਤਾਂ ਅਸੀਂ ਦੇਖਦੇ ਹਾਂ ਕਿ ਤੁਸੀਂ ਲਾਈਵ ਹੋ ਕੇ ਜਿਵੇਂ ਕਹਿੰਦੇ ਹਾਂ ਆਪਾਂ ਕੋਈ ਵੀ ਗਾ ਸਕਦਾ ਅੱਗੇ ਟੀਵੀ 'ਤੇ ਆਉਣਾ ਪਹਿਲਾਂ ਦੇਖੋ ਮੈਂ ਰੇਡੀਓ 'ਤੇ ਗਾਉਣਾ ਹੁੰਦਾ ਸੀ ਅਤੇ ਮੈਨੂੰ ਯੁਵ ਬਾਣੀ ਪ੍ਰੋਗਰਾਮ ਤੋਂ ਲੈ ਕੇ ਏ ਬੀ ਗ੍ਰੇਡ ਫਿਰ ਹਾਈ ਬੀ ਗ੍ਰੇਡ ਫਿਰ ਏ ਫਿਰ ਅੱਗੇ ਦੀ ਕਲਾਸ ਜਿਹੜੀ ਹੁੰਦੀ ਸੀ ਉਹ ਮਿਲਦੀ ਸੀ ਪਹਿਲਾਂ ਮੈਂ ਯੁਵ ਬਾਣੀ ਪਾਸ ਕੀਤਾ ਫਿਰ ਮੈਂ ਬੀ ਗ੍ਰੇਡ ਫਿਰ ਹਾਈ ਬੀ ਬੀ ਗ੍ਰੇਡ ਤੱਕ ਮੈਂ ਗਿਆ ਉਹ ਮੈਂ ਐਗਜ਼ਾਮ ਦਿੱਤੇ ਇਮਤਿਹਾਨ ਦਿੱਤੇ ਸੋਰੀ ਇਮਤਿਹਾਨ ਦਿੱਤੇ ਉਹਦੇ ਲਈ ਮੈਂ ਮਤਲਬ ਅੱਜ ਦਾ ਤਾਂ ਕੁਛ ਹੈ ਹੀ ਨਹੀਂ ਕੋਈ ਬੰਦਾ ਕੋਈ ਨਾ ਸਿੱਖਣ ਨਹੀਂ ਕੋਈ ਉਸਤਾਦ ਨਹੀਂ ਕੋਈ ਨੂੰ ਕੋਈ ਰੰਗ ਨਹੀਂ ਤੁਹਾਨੂੰ ਫਿਰ ਰਾਗ ਨਹੀਂ ਬਾਰੇ ਪਤਾ ਕਰਦੇ ਆ ਨਾ ਤੁਸੀਂ ਸਿੱਖੇ ਆ ਆ ਜਿਹੜੇ ਹੁਣ ਦੇ ਨਵਾਂ ਪੂਰ ਆ ਨਾ ਜਿਹੜਾ ਹਾਂਜੀ ਉਹ ਤਾਂ ਮੈਂ ਕਹਿਣਾ ਹੁੰਦਾ ਵੀ ਜਿਹੜਾ ਨਵਾਂ ਪੂਰ ਆ ਨਾ ਉਹਨਾਂ ਦੇ ਨਾਵਾਂ ਤੋਂ ਪਤਾ ਲੱਗ ਜਾਂਦਾ ਵੀ ਉਹ ਕਿੰਨੇ ਕੁ ਗੰਭੀਰ ਹੋਣਗੇ ਉਹਨਾਂ ਦੇ ਨਾਂ ਜਿਹੜੇ ਨਾ ਉਹਨਾਂ ਦੇ ਨਾਂ ਜਿਹੜੇ ਵਿਟਾਮਿਨ ਦੇ ਕੈਪਸੂਲ ਆ ਰਗੇ ਮੈਂ ਸੋਚਦਾ ਵੀ ਯਾਰ ਗਾਇਕੀ ਆ ਜਿਹੜੀ ਉਹ ਇਬਾਦਤ ਦਾ ਨਾਂ ਹਾਂ ਬਿਲਕੁਲ ਦੇਖੋ ਗਾਇਕੀ ਆ ਨਾ ਜਿਹੜੀ
ਉਹ ਮਨ ਦੇ ਸੁਥਰੇਪਣ ਦੀ ਮਨ ਦੇ ਮੋਰ ਨੂੰ ਪਹਿਲਾਂ ਪਾਉਣਾ ਚੰਗੀ ਗੱਲ ਹੈ ਕਿ ਜੇ ਇੱਕ ਮੈਨੂੰ ਮੇਰਾ ਸ਼ੌਕ ਆ ਗਾਉਣਾ ਉਹਦੇ ਜ਼ਰੀਏ ਮਾਲਕ ਮੈਨੂੰ ਰੋਟੀ ਰੋਜ਼ੀ ਵੀ ਦੇ ਰਿਹਾ ਤੇ ਕੁਝ ਨਾ ਕੁਝ ਸਾਡਾ ਕਲਾਕਾਰਾਂ ਦਾ ਵੀ ਤਾਂ ਫਰਜ਼ ਬਣਦਾ ਵੀ ਇਹ ਸਮਾਜ ਨੂੰ ਅਸੀਂ ਕਿੱਦਾਂ ਦੀ ਸੇਧ ਦੇਣੀ ਕਿੱਦਾਂ ਦਾ ਅਸੀਂ ਪਰੋਸ ਰਹੇ ਲੋਕਾਂ ਨੂੰ ਪਤਾ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਲੋਕ ਜਿਵੇਂ ਦਾ ਸੁਣਦੇ ਆ ਅਸੀਂ ਸੁਣਾਉਂਦੇ ਆ ਜਾਂ ਅਸੀਂ ਗਾਉਂਦੇ ਆ ਜੋ ਲੋਕ ਸੁਣਨਾ ਚਾਹੁੰਦੇ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਵਾਕਈ ਸਿੱਖ ਕੇ ਗਾਉਂਦੇ ਨੇ ਜਿਹੜੇ ਵਾਕਈ ਹੰਡ ਕੇ ਚੰਗੀ ਤਰ੍ਹਾਂ ਗਾਉਂਦੇ ਨੇ ਉਹਨਾਂ ਨੂੰ ਲੋਕ ਯਾਦ ਵੀ ਰੱਖਦੇ ਨੇ ਬਿਲਕੁਲ ਜੀ ਜਿਹੜੇ ਇਵੇਂ ਦੇ ਗਾਣੇ ਗਾਉਂਦੇ ਨੇ ਉਹ ਵੱਧ ਤੋਂ ਵੱਧ ਮਹੀਨਾ ਚੱਲ ਜੂ 2 ਮਹੀਨੇ ਮੁੜ ਕੇ ਉਹਨਾਂ ਦੇ ਨਾਲ 20 ਸਾਲ ਦਾ ਕਰੀਅਰ ਤਾਂ ਮੇਰਾ ਹੋ ਗਿਆ ਔਰ ਮਾਨ ਸਾਹਿਬ ਤੁਸੀਂ ਦੇਖ ਲਓ ਬਿਲਕੁਲ ਅੱਜ ਵੀ ਲੋਕ ਯਾਦ ਅੱਜ ਵੀ ਉਹਨਾਂ ਦੇ ਸ਼ੋਅ ਉਦਾਂ ਹੀ ਚੱਲਦੇ ਨੇ ਉਦਾਂ ਹੀ ਵਿਕਦੇ ਨੇ ਤੇ ਦੇਖੋ ਇਹ ਤੁਹਾਡੇ ਸੁਚੱਜੇਪਣ ਦੀ ਸੁਥਰੇਪਣ ਦੀ ਨਿਸ਼ਾਨੀ ਆ ਚਿਕੜ ਭੁੰਡੀ ਗਾਇਕ ਕੋਈ ਹੋਵੇ ਨਾ ਤਾਂ ਫਿਰ ਉਹ ਸਾਲਕ ਦੀ ਗੱਲ ਹੀ ਆ ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ ਆਪ ਸਭ ਦਾ ਪ੍ਰਾਈਮ ਏਸ਼ੀਆ ਟੀਵੀ ਨੂੰ ਅਥਾਹ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਸਾਡੇ ਅਗਲੇ ਪ੍ਰੋਗਰਾਮਾਂ ਦੀਆਂ ਅਪਡੇਟਸ ਲਈ YouTube ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾਓ ਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ ਅੱਛਾ ਕੰਠ ਕਲੇਰ ਜੀ ਮੈਂ ਇੱਕ ਚੀਜ਼ ਜਿਹੜੀ ਨੋਟ ਕੀਤੀ ਹੈ ਜਿਹੜੀ ਨੋਟ ਕੀਤੀ ਹੈ ਇਹ ਮੈਂ ਜਿਹੜੀ ਇੱਕ ਚੀਜ਼ ਸੋਚੀ ਹੈ ਇੱਕ ਚੀਜ਼ ਮੈਂ ਆਪਣੇ ਕਾਗਜ਼ ਦੇ ਉੱਤੇ ਦਰਜ ਕੀਤੀ ਹੈ ਬਿਲਕੁਲ ਕੀਤੀ ਹੈ ਜਿਹੜੀ ਮੈਂ ਇਹ ਚੀਜ਼ ਹਮੇਸ਼ਾ ਨੋਟਿਸ ਕੀਤੀ ਆ ਉਹ ਆ ਕਿ ਤੁਸੀਂ ਹਰ ਤਰ੍ਹਾਂ ਦਾ ਗਾਣਾ ਗਾਇਆ ਚਾਹੇ ਉਹ ਇੱਕ ਸੈਡ ਸੌਂਗ ਹੋਏ ਚਾਹੇ ਰੋਮਾਂਟਿਕ ਹੋਏ ਚਾਹੇ ਉਹ ਸਮਾਜਿਕ ਸਰੋਕਾਰਾਂ ਵਾਲਾ ਗਾਣਾ ਹੋਏ ਹਰ ਤਰ੍ਹਾਂ ਦਾ ਗਾਣਾ ਤੁਸੀਂ ਗਾਇਆ ਐਂਡ ਉਹਦੇ ਵਿੱਚ ਮੈਨੂੰ ਲੱਗਦਾ ਵੀ ਇੱਕ ਗਾਣਾ ਇਹੋ ਜਿਹੜਾ ਹਰ ਕੁੜੀ ਦੇ ਬਾਪ ਨੂੰ ਵੀ ਯਾਦ ਹੋਏਗਾ ਤੇ ਹਰ ਕੁੜੀ ਨੂੰ ਵੀ ਯਾਦ ਹੋਏਗਾ ਮੇਰੀ ਪੱਗ ਨੂੰ ਦਾਗ ਨਾ ਲਾ ਉਹ ਗਾਣਾ ਜਿਸ ਦਿਨ ਮੈਂ ਪਹਿਲੀ ਵਾਰ ਸੁਣਿਆ ਸੀ ਤੇ ਮੇਰੀਆਂ ਅੱਖਾਂ ਚੱਥਰੂ ਸੀ ਮੈਂ ਸੱਚ ਦੱਸ ਰਹੀ ਹਾਂ ਤੁਹਾਨੂੰ ਮੈਂ ਚਾਹੁੰਦੀ ਵੀ ਉਸ ਗਾਣੇ ਦਾ ਇਹੀ ਸਾਡੀ ਪ੍ਰਾਪਤੀ ਹੈ ਜੀ ਬਿਲਕੁਲ ਸਹੀ ਕਹਿ ਰਹੇ ਹੋ ਕਲੀਅਰ ਜੀ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਤੁਸੀਂ ਇੱਕੋ ਗਾਣੇ ਦੀ ਗੱਲ ਕੀਤੀ ਹੈ ਨਾ ਹਾਂਜੀ ਇਹਨਾਂ ਨੇ ਬਾਪ ਦੀ ਤੇ ਔਲਾਦ ਦੀ ਮੁਹੱਬਤ ਵਾਲਾ ਵੀ ਇੱਕ ਗੀਤ ਗਾਇਆ ਸੀ ਇਹਨਾਂ ਨੇ ਇੱਕ ਹੋਰ ਗੀਤ ਗਾਇਆ ਸੀਗਾ ਕਿ ਉਹ ਜਿਹੜਾ ਪਿੰਡੀ ਪੀਂਗਾਂ ਪਈਆਂ ਰਹਿਣ ਵਸਦੀਆਂ ਰੱਬਾਂ ਮੇਰੇ ਪਿੰਡ ਦੀਆਂ ਕੁੜੀਆਂ ਨੇ ਉਹ ਗਾਣਾ ਸੁਣ ਕੇ ਨਾ ਮੈਂ ਇੰਨਾ ਕੁ ਭਾਵੁਕ ਹੁੰਦਾ ਮੈਨੂੰ ਜਾਪਦਾ ਕਿ ਇਹ ਮੇਰੀਆਂ ਭੈਣਾਂ ਦੀ ਗੱਲ ਹੈ ਜਿਹਨੂੰ ਪੁੱਛਿਆ ਗਿਆ ਕਿ ਤੁਸੀਂ ਬੇਟਾ ਪੜ੍ਹਦੀਆਂ ਕਿਉਂ ਨਹੀਂ ਸਾਡੇ ਮਾਮ ਡੈਡ ਸਾਨੂੰ ਪੜ੍ਹਾ ਨਹੀਂ ਸਕਦੇ ਅੱਛਾ ਕਈ ਵਾਰ ਅਸੀਂ ਉਸ ਵਿਆਹ ਚ ਅਸੀਂ ਨੱਚਣ ਡੇ ਭੰਗੜੇ ਪਾਉਣ ਡੇ ਆ ਕੁੜੀ ਦੀ ਉਮਰ 20 ਸਾਲ ਆ ਜਦੋਂ ਘਰ ਵਾਲਿਆਂ ਨੇ ਨਜ਼ਰ ਮਾਰੀ ਦੀ 50 ਸਾਲ ਦਾ ਫਿਰ ਦੇਖੀਦਾ ਯਾਰ ਇਹ ਕੁੜੀ ਨੇ ਵਿਰੋਧ ਕਿਉਂ ਨਹੀਂ ਕੀਤਾ ਯਾਰ ਇਹ ਕੁੜੀ ਦੀ ਉਮਰ ਕਿੰਨੀ ਛੋਟੀ ਆ ਉੱਥੇ ਇਹ ਸਾਰਾ ਕੁਝ ਦੇਖਿਆ ਵਾਚਿਆ ਫਿਰ ਜਾ ਕੇ ਇਹ ਮੈਂ ਕਿਹਾ ਸੀ ਮਿੰਟੂ ਹੇਰ ਉਹਨਾਂ ਨੂੰ ਧੰਮੀ ਉਹਨਾਂ ਨੂੰ ਭਾਜੀ ਉਹਨਾਂ ਨੂੰ ਯਾਰ ਕੋਈ ਏਦਾਂ ਦਾ ਗਾਣਾ ਲਿਖੋਗੇ ਕੁੜੀਆਂ ਲਈ ਦੁਆ ਕਰਨੀ ਐਡਾ ਜਿਗਰ ਆ ਇਹਨਾਂ ਦਾ ਕੀ ਬਾਤ ਤੇ ਫਿਰ ਉਹ ਜਿਹੜਾ ਗਾਣਾ ਨਾ ਉਹਦੀ ਸਾਂਝ ਪਾ ਲਓ ਇਹ ਕਰ ਲਈਏ ਹੁਣ ਜਾਂ ਤੁਹਾਡੇ ਵਾਲਾ ਕਰੀਏ ਜਿਹੜਾ ਤੁਹਾਨੂੰ ਠੀਕ ਜਿਹੜਾ ਵੀ ਦੇਖੋ ਅਸੀਂ ਨਾ ਅਸੀਂ ਰਲ ਮਿਲ ਕੇ ਚੱਲਦੇ ਹਾਂ ਸਾਡਾ ਪ੍ਰੋਗਰਾਮ ਆ ਜਿਹੜਾ ਅਸੀਂ ਕਦੇ ਲੜਦੇ ਨਹੀਂ ਚਲੋ ਪਿੰਡ ਦੀਆਂ ਕੁੜੀਆਂ ਨਾਲ ਗਾਇਕੀ ਹੈ ਨਾ ਜਿਹੜੀ ਉਹ ਤਾਂ ਲੜਦਿਆਂ ਨੂੰ ਚੁੱਪ ਕਰਾਉਣ ਵਾਲੀ ਆ ਜੀ ਜੀ ਤੇ ਚੁੱਪ ਕਰ ਦੇ ਚੁੱਪ ਕਰ ਗਾਣਾ ਸ਼ੁਰੂ ਕਰ ਲੈਂਦੇ ਹਾਂ ਹਾਂ ਬਿਲਕੁਲ ਸਹੀ ਪਿਪੜੀ ਪੀਂਗਾ ਚੋਟਣ ਤੇ ਕਿਤੇ ਕਿਕਲੀ ਪੈਂਦੀ ਏ ਸਿੱਧਕ ਅਣਖ ਦੀ ਦੌਲਤ ਸੰਗ ਹੁਸਨ ਦੇ ਰਹਿੰਦੀ ਏ ਮੋਦੀਆਂ ਤੰਦਾਂ ਪਾਵਣ ਲਈ ਮੋਦੀਆਂ ਤੰਦਾਂ ਪਾਵਣ ਲਈ ਤਰਿੰਜਣੀ ਜੁੜੀਆਂ ਨੇ ਰਹਿਣ ਵਸਦੀਆਂ ਰਹਿਣ ਵਸਦੀਆਂ ਰੱਬਾ ਏ ਮੇਰੇ ਪਿੰਡ ਦੀਆਂ ਕੁੜੀਆਂ ਨੇ ਰਹਿਣ ਵਸਦੀਆਂ ਰੱਬਾ ਏ ਮੇਰੇ ਪਿੰਡ ਦੀਆਂ ਕੁੜੀਆਂ ਨੇ ਉਹ ਮੇਰੇ ਪਿੰਡ ਦੀਆਂ ਕੁੜੀਆਂ ਨੇ ਬਸ ਨਾ ਇੱਥੇ ਸ਼ਬਦ ਆ ਜਿਹੜੇ ਉਹ ਖਤਮ ਹੋ ਜਾਂਦੇ ਆ ਇਹ ਇੱਕ ਮਿੰਟ ਦੇ ਲਈ ਨਾ ਬੰਦਾ ਇਹ ਸੋਚਦਾ ਕਿ ਹੁਣ ਮੈਂ ਜਿਹੜੀ ਲੜੀ ਜੁੜੀ ਆ ਨਾ ਤਾਰ ਜੁੜੀ ਆ ਜਿਹੜੀ ਉਹਨੂੰ ਕਾਹਤੋਂ ਵਿੱਚ ਖਲਲ ਪਾਉਣਾ ਬੋਲ ਕੇ ਹੈ ਨਾ ਬਹੁਤ ਖੂਬਸੂਰਤ ਗੀਤ ਆ ਅਸੀਂ ਕਲੀਅਰ ਜੀ ਤੁਹਾਡੇ ਕੋਲੋਂ ਨਾ ਅਸੀਂ ਇਹ ਉਮੀਦ ਕਰਦੇ ਹਾਂ ਤੇ ਦੇਖੋ ਜਿਹੜੇ ਵਪਾਰਕ ਗਾਣੇ ਆ ਨਾ ਉਹ ਗਾਉਣੇ ਬੜੇ ਜ਼ਰੂਰੀ ਆ ਜੀ ਜੀ ਬਿਲਕੁਲ ਵਿਆਹਾਂ ਦੇ ਪ੍ਰੋਗਰਾਮ ਵੀ ਲਾਉਣੇ ਤੁਸੀਂ ਹੋਰ ਵੀ ਵੱਖ ਵੱਖ ਵੰਨਗੀਆਂ ਦਾ ਗਾਉਣਾ ਪਰ ਇਹੋ ਜਿਹੇ ਗੀਤ ਆ ਨਾ ਜਿਹੜੇ ਦਸਵੰਧ ਦੇ ਰੂਪ ਦੇ ਵਿੱਚ ਹੀ ਗਾਦੇ ਹਾਂ ਮੈਂ ਕੋਸ਼ਿਸ਼ ਹਰ ਐਲਬਮ ਦੇ ਵਿੱਚ ਹੀ ਮੈਂ ਕੋਸ਼ਿਸ਼ ਵੀ ਕਰਦਾ ਔਰ ਮੇਰੇ ਕੋਲੋਂ ਲੋਕ ਆ ਮੇਰੇ ਜਿਹੜੇ ਸਰੋਤੇ ਆ ਉਹ ਸੁਣਨਾ ਵੀ ਚਾਹੁੰਦੇ ਅਗਰ ਸੁਣਨਾ ਚਾਹੁੰਦੇ ਆ ਇਸ ਕਰਕੇ ਮੈਂ ਗਾਉਣਾ ਕਬੂਲਦੇ ਆ ਤੁਸੀਂ ਕਬੂਲਦੇ ਰਹੋ ਆਪਾਂ ਇਸੇ ਤਰ੍ਹਾਂ ਗਾਉਂਦੇ ਬਿਲਕੁਲ ਕੰਠ ਕਲੇਰ ਭਾਜੀ ਪਹਿਲਾਂ ਤਾਂ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਥੈਂਕ ਯੂ ਜੀ ਮੈਂ ਤੁਸੀਂ ਵਕਤ ਇਹਨਾਂ ਕੱਢਿਆ ਥੈਂਕ ਯੂ ਤੇ ਤੁਸੀਂ ਆਪਣੇ ਗਾਣੇ ਦੇ ਪ੍ਰਚਾਰ ਦੇ ਲਈ ਸਾਡੇ ਨਾਲ ਸਾਂਝ ਪਾਈ ਅਸੀਂ ਇਹਦੇ ਵੀ ਧੰਨਵਾਦੀ ਹਾਂ ਮੈਂ ਜਿਹੜਾ ਹਮੇਸ਼ਾ ਮਨ ਦੇ ਵਿੱਚ ਇੱਕ ਸਵਾਲ ਉਮੜਦਾ ਰਹਿੰਦਾ ਉੱਠਦਾ ਰਹਿੰਦਾ
ਉਹ ਇਹ ਆ ਕਿ ਜਿਹੜੇ ਨਵੇਂ ਪੂਰ ਦੇ ਬਹੁ ਗਿਣਤੀ ਕਲਾਕਾਰ ਆ, ਸਾਰੇ ਨਹੀਂ, ਕਈ ਚੰਗੇ ਵੀ ਗਾਉਂਦੇ ਆ ਜਿਹੜੇ ਨਵੇਂ ਉੱਠੇ ਆ, ਪਰ ਜਿਹੜੇ ਬਹੁ ਗਿਣਤੀ ਆ ਜਿਹੜੇ ਵਾਲਾਂ ਦੇ ਸਟਾਈਲ ਜੇ ਬਣਾ ਲੈਂਦੇ ਆ ਤੇ ਉਹਨਾਂ ਦੇ ਵਾਲ ਆ ਨਾ ਜਿਹੜੇ ਜਿਵੇਂ ਕਰੰਟ ਲਾ ਕੇ ਖੜੇ ਕੀਤੇ ਹੁੰਦੇ ਆ ਹੁੰਦੇ ਆ ਹਨਾ, ਤੇ ਉਹ ਅਜੀਬ ਅਜੀਬ ਹਰਕਤਾਂ ਵੀ ਕਰਦੇ ਆ। ਮੈਂ ਸੋਚਦਾ ਹੁੰਦਾ ਕਿ ਪੰਜਾਬੀ ਗਾਇਕੀ ਜਿਹੜੇ ਕਲਾਕਾਰਾਂ ਵੱਲੋਂ ਤੂੰਬੀ ਤੋਂ ਬੰਦੂਕ ਤੱਕ ਪਹੁੰਚਾ ਦਿੱਤੀ ਗਈ ਆ, ਉਹ ਮੈਂ ਬਿਲਕੁਲ ਨਹੀਂ ਪਸੰਦ ਕਰਦਾ। ਤੁਸੀਂ ਜਦੋਂ ਗਾਉਣਾ ਸ਼ੁਰੂ ਕੀਤਾ ਤੁਸੀਂ ਸਿੱਖਿਆ ਵੀ ਆਰ ਪੀ ਰਾਣਾ ਸਾਹਿਬ ਦੇ ਕੋਲੋਂ, ਅਜੇ ਤੱਕ ਸਿੱਖੀ, ਹੁਣ ਵੀ ਸਿੱਖ ਰਹੇ ਹੋ, ਹੈ ਵੀ ਗਾਇਕੀ ਹੈ ਹੀ ਸਿੱਖਣ ਦਾ ਨਾਂ ਨਾ। ਗਾਇਕੀ ਤਾਂ ਇੱਕ ਸਮੁੰਦਰ ਆ, ਉਹਦੇ ਵਿੱਚ ਕਿੰਨੀਆਂ ਚੁਬੰਗਾਂ ਮਾਰਨੀਆਂ, ਕਿੰਨੇ ਘੋਗੇ ਸਿੱਪੀਆਂ ਫੜਨੇ, ਤੁਹਾਡੀ ਆਪਣੀ ਮਰਜ਼ੀ ਆ। ਪਰ ਜਿਹੜੇ ਨਵੇਂ ਉੱਠਦੇ ਕਲਾਕਾਰ ਆ ਉਹਨਾਂ ਦਾ ਸੁਰ ਗਿਆਨ ਦੇ ਨਾਲ ਵਾਸਤਾ ਕੋਈ ਨਹੀਂ। ਇਹ ਜਿਹੜਾ ਤੁਲਨਾਤਮਕ ਅਧਿਐਨ ਕਰਨਾ ਹੋਵੇ ਤੁਸੀਂ ਇਹ ਕਿਵੇਂ ਕਰੋਗੇ? ਕੀ ਸੋਚਦੇ ਹੋ ਵੀ ਜਿਹੜੇ ਹੁਣ ਗਾਉਂਦੇ ਆ ਇਹ ਯਾਰ ਪੈਰ ਦੀ ਅੱਡੀ ਤੋਂ ਲੈ ਕੇ ਕੁੜੀ ਦੇ ਸਿਰ ਦੇ ਵਾਲਾਂ ਤੱਕ ਉਹਨੂੰ ਬਲੂੰਦਰ ਛੱਡਿਆ ਇਹਨਾਂ ਨੇ। ਅਸਲ 'ਚ ਨਾ ਹੁਣ ਕੋਈ ਸਾਨੂੰ, ਅਸੀਂ ਵੀ, ਮੈਂ ਤਾਂ ਸਹੀ ਪੁੱਛੋਂ ਟਹਿਣਾ ਸਾਹਿਬ, ਮੈਂ ਤੁਹਾਨੂੰ ਵੀ ਇਹੀ ਗੱਲ ਕਰਦਾ ਕਿ ਮੈਂ ਟੀ ਵੀ ਦੇਖਣਾ ਹੀ ਬੰਦ ਕਰ ਦਿੱਤਾ। ਜਿਹੜੇ ਆਪਾਂ ਸਾਰੇ ਪੰਜਾਬੀ ਦੇ ਕਈ ਵਾਰ ਟੀ ਵੀ ਦੇਖਦੇ ਜਿਹ 'ਚ ਲਗਾਤਾਰ ਗਾਣੇ ਚੱਲਦੇ ਰਹਿੰਦੇ ਨਾ, ਜੇ ਦੇਖਦੇ ਥੋੜ੍ਹਾ ਜਿਹਾ ਦੇਖਦੇ ਕੋਈ ਚੰਗਾ ਲੱਗਾ ਠੀਕ ਹੈ, ਨਹੀਂ ਕਿਉਂਕਿ ਪਤਾ ਨਹੀਂ ਲੱਗਦਾ ਯਾਰ ਇਹ ਵਿਸ਼ੇ 'ਤੇ ਗਾਣਾ ਆ ਗਿਆ, ਅੱਛਾ ਇਹ ਸਬਜੈਕਟ ਇਹ ਕਿਹੜਾ ਵੀ ਯਾਰ ਪਤਾ ਨਹੀਂ ਲੱਗ ਰਿਹਾ ਵੀ ਕਿਹੜਾ ਸਬਜੈਕਟ ਆ। ਕੋਈ ਬ੍ਰਾਂਡ ਨਹੀਂ ਛੱਡਿਆ, ਨਾ ਕੋਈ ਗਾਇਕੀ, ਨਾ ਕੋਈ ਕੰਪੋਜੀਸ਼ਨ, ਕੁਛ ਨਹੀਂ ਹੁੰਦਾ ਉਹਦੇ ਵਿੱਚ, ਨਾ ਬੰਦਾ ਤਾਲ 'ਚ ਹੀ ਹੁੰਦਾ ਕੰਮ। ਇੱਕ ਆਏ ਨਾ ਤੇ ਦੁਨੀਆ ਸਾਰੀ ਲੈਬੰਦ ਹੈ, ਲੈਬੰਦ ਹੈ। ਲੇਕਿਨ ਉਹ ਜਿਹੜਾ ਅਸੀਂ ਸੰਗੀਤ ਸੁਣਦੇ ਹਾਂ, ਸੰਗੀਤ ਜਿਹਦੀ ਆਪਾਂ ਪਰਮਾਤਮਾ ਨਾਲ ਤੁਲਨਾ ਕਰਦੇ ਹਾਂ, ਉਹ ਹੀ ਲੈਬੰਦ ਨਹੀਂ ਹੁੰਦਾ, ਉਹ ਸੁਰ 'ਚ ਨਹੀਂ ਹੁੰਦਾ। ਸੋ ਅਸੀਂ ਤਾਂ ਉਹਨਾਂ ਲੋਕਾਂ ਨੂੰ ਫੋਲੋ ਕੀਤਾ ਆ, ਉਹਨਾਂ ਲੋਕਾਂ ਨੂੰ ਸੁਣਦੇ ਆ ਰਹੇ ਹਾਂ, ਅੱਜ ਵੀ ਸੁਣਦੇ ਹਾਂ। ਅਤੇ ਗਾਇਕੀ ਦੇ ਜਿਹਨਾਂ ਦੀ ਮਹਾਨ ਗਾਇਕ ਜਿਹਨਾਂ ਦੇ ਨਾਂ ਲੈ ਲਓ, ਹੁਣ ਗੁਰਦਾਸ ਮਾਨ ਸਾਹਿਬ ਲੈ ਲਓ, ਚਾਹੇ ਸਰਦੂਲ ਭਾਜੀ ਲੈ ਲਓ, ਹੰਸ ਭਾਜੀ ਲੈ ਲਓ, ਜਿਹਨਾਂ ਦੀ ਗਾਇਕੀ ਨੂੰ ਅੱਜ ਤੱਕ ਲੋਕ ਯਾਦ ਕਰਦੇ ਨੇ। ਹੋਰ ਪੁਰਾਣੇ ਸਾਡੇ ਜਮਲਾਈ ਸੀਗੇ, ਪੁਰਾਣੇ ਮਾਨਕ ਸਾਹਿਬ, ਸਦੀਕ ਸਾਹਿਬ, ਕਿੱਡੇ ਕਿੱਡੇ। ਅੱਜ ਦਾ ਜਿਹੜਾ ਦੌਰ ਹੈ ਨਾ, ਉਹ ਤਾਂ ਇਹ ਕਹਿ ਲਓ ਕਿ ਤੁਸੀਂ ਕੰਨਾਂ ਨੂੰ ਸਕੂਨ ਦੇਣ ਵਾਲੀ ਗਾਇਕੀ ਨਹੀਂ ਹੈਗੀ। ਹਾਂ ਚਲੋ ਠੀਕ ਹੈ, ਕੁਝ ਹੱਦ ਤੱਕ ਇੱਦਾਂ ਕਿ ਹੈਗਾ ਕਿ ਜਿੱਥੇ ਕਿ ਸਾਡੇ ਜਿਹੜੇ ਪੰਜਾਬੀ ਗਾਣੇ ਨਹੀਂ ਸੁਣੇ ਜਾਂਦੇ ਸੀ ਕਾਲੇ ਗੋਰਿਆਂ 'ਚ, ਉੱਥੇ ਉਹ ਵੱਜਣ ਲੱਗ ਪਏ, ਕਿਉਂਕਿ ਢੋਲ ਹੀ ਸੁਣਦਾ, ਬੀਟ ਆ ਸਾਡੀ ਪੰਜਾਬੀ ਬੀਟ ਜਿਹੜੀ ਉਹ ਲੋਕ ਪਸੰਦ ਕਰਦੇ, ਚਾਹੇ ਉਹ ਕਾਲੇ ਆ ਚਾਹੇ ਗੋਰੇ। ਲੇਕਿਨ ਜੇ ਕਹੀਏ ਗਾਇਕੀ ਜਿਹੜਾ ਉਹਦਾ ਦੌਰ ਖਤਮ ਹੁੰਦਾ ਜਾ ਰਿਹਾ, ਵਿੱਚ ਬਹੁਤ ਵਿਰਲਾ ਵਿਰਲਾ ਕੋਈ ਸਿੰਗਰ ਆਉਂਦਾ ਜਿਹੜਾ ਕੰਨਾਂ ਨੂੰ ਕੋਈ ਸੁਰ ਸਵਾਦ ਦਿੰਦਾ, ਤੇ ਉਹਨੂੰ ਐਪਰੀਸ਼ੀਏਟ ਵੀ ਕਰੀਦਾ, ਖੁਦ ਫੋਨ ਕਰੀਦਾ ਯਾਰ ਤੇਰਾ ਵੀਰ ਇਹ ਗਾਣਾ ਬੜਾ ਅੱਛਾ, ਤੂੰ ਕੋਸ਼ਿਸ਼ ਕਰੀ ਚੰਗਾ ਹੀ ਗਾਈ। ਲੇਕਿਨ ਬਹੁਤ ਜਿਹੜੇ ਬਹੁਤ ਤਾਦਾਦ ਦੇ ਵਿੱਚ ਜਿਹੜੇ ਆ ਰਹੇ ਆ ਉਹ ਮਾੜਾ ਹੀ। ਤੁਹਾਡੇ ਨਾ ਉੱਤਰ ਤੋਂ ਮੈਂ ਸੋਚ ਰਿਹਾ ਕਿ ਮੈਂ ਆਪਣੇ ਅਗਲੇ ਲੇਖ ਦਾ ਹੈਡਿੰਗ ਕੀ ਰੱਖਣਾ, ਸਿਰਲੇਖ ਕੀ ਰੱਖਣਾ, ਗਾਇਕ ਕੰਠ ਕਲੇਰ ਨੇ ਟੀਵੀ ਦੇਖਣਾ ਕਿਉਂ ਬੰਦ ਕੀਤਾ। ਠੀਕ ਹੈ, ਆਪਾਂ ਪ੍ਰੋਗਰਾਮ ਦਾ ਵੀ ਇਹ ਰੱਖਣਾ ਸਿਰਲੇਖ, ਤੇ ਆਰਟੀਕਲ ਦਾ ਵੀ ਇਹ ਰੱਖਣਾ, ਤੇ ਇਹ ਪਤਾ ਲੱਗੂਗਾ ਦਰਸ਼ਕਾਂ ਨੂੰ ਬਈ ਜਿਹੜੇ ਕਲਾਕਾਰ ਸੁਥਰਾ ਗਾਉਂਦੇ ਆ। ਉਹਦਾ ਕਾਰਨ ਪਤਾ ਕੀ ਆ ਕਿ ਕਈ ਵਾਰੀ ਮਨ ਇਹਨਾਂ ਡਰਦਾ ਯਾਰ ਕੋਈ ਏਦਾਂ ਦਾ ਗੀਤ ਸੁਣ ਲਈਏ ਕਿਤੇ ਅਸੀਂ ਨਾ ਭਟਕ ਜਾਈਏ, ਯਾਰ ਸਾਨੂੰ ਵੀ ਏਦਾਂ ਦਾ ਗਾਉਣਾ ਚਾਹੀਦਾ, ਆਹ ਚੱਲਣ ਡਿਆ। ਕਈ ਵਾਰੀ ਸੁਣਦੇ ਆਹ ਗਾਣਾ ਹਿੱਟ, ਅੱਛਾ ਆਹ ਗਾਣਾ ਵੀ ਹਿੱਟ ਹੋ ਗਿਆ, ਅੱਛਾ ਆਹ ਵੀ ਹਿੱਟ ਹੋ ਗਿਆ, ਆਹ ਸਿੰਗਰ ਵੀ ਹਿੱਟ ਹੋ ਗਿਆ, ਫਿਰ ਸੋਚਦੇ ਯਾਰ ਖਰੇ ਅਸੀਂ ਗਲਤ ਗਾਉਣ ਡਏ ਆ, ਤੇ ਸੋਚੀਦਾ ਨਹੀਂ ਯਾਰ ਜੋ ਚੱਲਣ ਡਿਆ ਠੀਕ ਆ, ਅਸੀਂ ਜੋ ਆਪਣਾ ਇੱਕ ਮਿਆਰ ਬਣਾਈ, ਇੱਕ ਲੀ ਬਣਾਈ ਆ, ਉਹਨੂੰ ਨਹੀਂ ਛੱਡਣਾ। ਪਤਾ ਕਿ ਇਹੀ ਤੁਹਾਡੀ ਗੱਲ ਤੇ ਮੈਂ ਆਉਣ ਲੱਗੀ ਸੀ ਵੀ ਹੁਣ ਨਾ ਇਹ ਚੀਜ਼ ਲੱਗਣ ਲੱਗ ਗਈ ਕਿ ਜਦੋਂ ਤੁਸੀਂ ਬੇਸੁਰਿਆਂ ਨੂੰ ਸੁਣਦੇ ਹੋ, ਜਦੋਂ ਤੁਸੀਂ ਵੇਖਦੇ ਹੋ ਜਾਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਵੇਖਦੇ ਹੋ ਹਨਾ, ਤੇ ਉਹ ਜਿਹੜੇ ਬਾਕੀ ਬੇਸੁਰੇ ਨੇ ਉਹਨਾਂ ਨੂੰ ਬੜੀ ਹਿੰਮਤ ਮਿਲਦੀ ਆ ਵੀ ਇਹ ਤਾਂ ਗਾਉਣਾ ਤਾਂ ਬਹੁਤ ਸੌਖਾ ਕੰਮ ਹੈ, ਬਾਕੀ ਸਾਰਾ ਕੁਝ ਛੱਡੋ ਆਪਾਂ ਗਾਉਣਾ ਹੀ ਸ਼ੁਰੂ ਕਰ ਦੇਣਾ ਹਨਾ। ਤੇ ਇਸ ਦੌਰ ਦੇ ਵਿੱਚ ਹੁਣ ਅੱਜ ਕੱਲ੍ਹ ਦੇ ਟਾਈਮ 'ਚ ਮੈਨੂੰ ਐਂ ਲੱਗਦਾ ਜਿਹੜਾ ਸੁਰ 'ਚ ਗਾਉਣ ਵਾਲਾ ਉਹ ਡਰਨ ਲੱਗ ਗਿਆ ਕਿ ਪਤਾ ਨਹੀਂ ਮੇਰੀ ਕੋਈ ਬੁੱਕਤ ਪਊਗੀ ਜਾਂ ਨਹੀਂ, ਲੋਕ ਮੈਨੂੰ ਟਿੱਚਰਾਂ ਹੀ ਨਾ ਕਰਨ ਲੱਗ ਜਾਣ ਵੀ ਤੂੰ ਕੀ ਗਾਉਣਾ ਪਿਆ ਹਨਾ, ਇਹ ਕੋਈ ਗਾਣਾ ਥੋੜ੍ਹੀ ਹੈ। ਸੋ ਇਸ ਚੀਜ਼ ਦਾ ਕਰਕੇ ਕਿਤੇ ਨਾ ਕਿਤੇ ਹੌਸਲਾ ਅਫਜ਼ਾਈ ਜਿਹੜੇ ਬੇਸੁਰਿਆਂ ਦੀ ਉਹ ਬਹੁਤ ਜ਼ਿਆਦਾ ਹੋਣ ਲੱਗ ਗਈ, ਸੋਸ਼ਲ ਮੀਡੀਆ ਚਾਹੇ ਉਹ ਅੱਜ ਕੱਲ੍ਹ ਟੀਵੀ ਚੈਨਲਸ ਦੀ ਗੱਲ ਕਰ ਲਓ ਤੁਸੀਂ। ਕਹਿੰਦੇ ਜਦੋਂ ਦੀ ਦੁਨੀਆ ਬਣੀ ਨਾ ਉਹ ਮਾੜਾ ਵੀ ਚੱਲੀ ਜਾਂਦਾ ਚੰਗਾ ਵੀ ਚੱਲੀ ਜਾਂਦਾ, ਇੱਕ ਦੌਰ ਹੈ, ਇੱਥੇ ਸੁਰਾ ਵੀ ਚੱਲੀ ਜਾਣਾ ਇੱਥੇ ਸੁਰ ਵੀ ਸੁਰ ਵਾਲਾ ਵੀ ਚੱਲੀ। ਦੇਖੋ ਜੀ ਗੱਲਾਂ ਕਲੀਅਰ ਜੀ ਤੁਹਾਡੀਆਂ ਬਹੁਤ ਪਾਇਦਾਰ ਆ, ਜਿੰਨਾ ਤੁਹਾਡਾ ਦੋ ਦਹਾਕਿਆਂ ਦਾ ਗਾਇਕੀ ਦਾ ਸਫ਼ਰ ਆ ਤੇ ਜਿੰਨੇ ਤੁਹਾਡੇ ਮਕਬੂਲ ਗੀਤ ਆ, ਉਹ ਤਾਂ ਮੇਰਾ ਖਿਆਲ ਆ ਵੀ ਸਾਨੂੰ ਸਾਡਾ ਪ੍ਰੋਗਰਾਮ ਆ ਨਾ ਜਿਹੜਾ ਜਿੰਨਾ ਮਰਜ਼ੀ ਲੰਮਾ ਕਰ ਲਈਏ ਉਹ ਅੱਕਣ ਕੇ ਥੱਕਣ ਵਾਲਾ ਹੈ ਨਹੀਂ, ਪਰ ਨਾ ਮਜਬੂਰੀ ਇਹ ਆ ਵੀ ਜਿਹੜੀ ਘੜੀ ਦੀ ਟਿਕ ਟਿਕ ਆ ਨਾ ਉਹ ਕਿਸੇ ਬੰਦੇ ਦੇ ਵੱਸ ਹੈ ਨਹੀਂ। ਤੇ ਮੈਂ ਸੋਚਦਾ ਹਰਮਨ ਜੀ ਆਪਣਾ ਟਾਈਮ ਹੋ ਗਿਆ ਮੇਰਾ ਖਿਆਲ, ਬਿਲਕੁਲ ਟਾਈਮ ਹੋ ਗਿਆ, ਹੁਣ ਸਾਨੂੰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਣਾ ਪਊਗਾ। ਬਾਕੀ ਇਸ ਪ੍ਰੋਗਰਾਮ ਦੇ ਬਾਰੇ ਜਿਹੜੇ ਤੁਹਾਡੇ ਵਿਚਾਰ ਨੇ ਉਹ ਸਾਡੇ ਤੱਕ ਜ਼ਰੂਰ ਪਹੁੰਚਾਇਓ, ਤੁਹਾਡੇ ਕੋਲ ਸਾਡਾ ਵਟਸਐਪ ਨੰਬਰ ਹੈ, ਉਹਦੇ ਜ਼ਰੀਏ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫੇਸਬੁੱਕ ਦੇ ਉੱਪਰ ਜਦੋਂ ਇਹ ਪ੍ਰੋਗਰਾਮ ਚੱਲੇਗਾ ਉਹਦੇ ਥੱਲੇ ਆਪਣੇ ਵਿਊਜ਼ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਵਿਚਾਰ ਸ਼ੇਅਰ ਕਰ ਸਕਦੇ ਹੋ। ਉਸ ਤੋਂ ਇਲਾਵਾ ਸਾਡੀ ਐਪ ਨੂੰ ਜ਼ਰੂਰ ਡਾਊਨਲੋਡ ਕਰੋ, ਯੂਟਿਊਬ 'ਤੇ ਸਾਡਾ ਚੈਨਲ ਹੈ ਉਹਨੂੰ ਜ਼ਰੂਰ ਸਬਸਕ੍ਰਾਈਬ ਕਰੋ। ਬਾਕੀ ਫਿਲਹਾਲ ਸਾਨੂੰ ਇਜਾਜ਼ਤਾਂ ਦਿਓ ਜੀ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।